ਨੂੰ ਬਾਬਾ ਜੀ ਨੇ ਬਖਸ਼ੇ, ਅੱਜ ਥੱਲੇ ਗੱਡੀਆਂ ਤੇ ਕਦੇ ਸੀਗੇ ਰਕਸ਼ੇ, ਵੀ ਮਾਣ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ। ਨਵੀਂ ਗੁਰਮੁਖ ਦੀ ਫੋਟੋ ਕਰਦੀ ਆਪਣੇ ਵਾਲੇ ਫੋਨ ਚ ਮੇਰਾ ਵੀਰ, ਬਾਕੀ ਬਾਕੀ ਖਾਲਸਾ ਦੇਵੀਆਂ ਦੇ ਭਰਾਸਾ ਤੇ ਆ ਜਾਣਗੇ, ਤੇਰੇ ਫੋਨ ਚ ਵੀ ਕਰਦੀ ਫੋਟੋ ਮੈਨੂੰ ਭੇਜਦੀ, ਨਵੀਂ ਖਾਲਸਾ ਦੀ ਆਉਦੀ ਮੱਖਣ ਦੇ ਹੁਣ ਪਹੁੰਚੇ ਆ, ਹਾਓ ਬਾਲ ਦੇ ਟੱਪ ਗਏ ਮੇਰੇ ਵੀਰੋ। ਲੈ ਵੀ ਉਧਰੋਂ 5,500 ਰੁਪਇਆ ਵੱਡਾ ਜਿਹੜਾ ਮਾਣ ਮੇਰੇ ਵੀਰੋ। ਵੀਰ ਸਾਡੇ ਕਹਿੰਦੇ ਖੁਰਦਲੀ ਕ੍ਰਿਕਟ ਦੀ ਟੀਮ ਤੇ ਨਾਲ ਕਹਿੰਦੇ ਅਰਸ਼ਦ ਲਈ ਸੁਲਤਾਨ ਹੋਣੀ, ਨੋਨੀ ਲੈਣ ਹੋਣੀ, ਭੁੱਪੇ ਹੋਣੀ, ਉਹਨਾਂ ਵੀਰਾਂ ਦੇ ਵੱਲੋਂ ਤੇ 11,000 ਰੁਪਇਆ ਪ੍ਰੀਤ ਸਿੰਘ ਯੂਐਸਏ ਮਾਨ ਇਟਲੀ ਤੇ ਕੋਮਲਪ੍ਰੀਤ ਕੈਨੇਡਾ। ਲੈ ਵੀ ਗੁਰਵਿੰਦਰ ਬਹੁਤ ਬਹੁਤ ਮੁਬਾਰਕਾਂ ਨੇ ਸੋਹਣਾ ਵੀਰਾ, ਪਰਮਾਤਮਾ ਬਹੁਤ ਬਹੁਤ ਮੁਬਾਰਕਾਂ ਨੇ ਬਾਈ ਗੁਰਵਿੰਦਰ ਕਲੇਰ ਖੁਰਦੇ ਦੇ ਭਰਾ ਸਾਡੇ ਨੂੰ। ਲਓ ਸਾਹਮਣੇ ਮੇਰੇ ਵੀਰੇ ਕਮਾਲ ਹੋ ਰਹੀ ਹੈ, ਭੁੱਚੋ ਵਾ ਕਹਿੰਦੇ ਆਓ ਆਓ ਵੇਖ ਤੁਨੇ ਵੇਖ ਵੇਖ ਕਹਿੰਦੇ ਆ ਗਿਆ ਨੌ ਸੈਕਟ ਆ ਗਿਆ, ਬਾਕੀ 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 ਗੱਲਾਂ ਟਿਕਾਣੇ ਆ। ਭੁੱਚੋ ਨੇ ਡਰ ਗਿਆ ਮੈਨੂੰ ਲੱਗਦਾ, ਭੁੱਚੋ ਲਿਆ ਥੋੜਾ ਘਬਰਾਉਂਦਾ, ਆਹ ਫੋਰਚੂਨਰ ਥੋੜਾ ਘਬਰਾਉਂਦਾ। ਜਰਨੈਲ ਯੂਐਸਏ ਦਾ ਭਰਾ ਸਾਡਾ ਕਹਿੰਦਾ ਵੀ ਜੇ ਭੁੱਚੋ ਵਾਲਾ ਧੋਨੇ ਨੂੰ ਆਊਟ ਕਰਕੇ ਐਕਸ਼ਨ ਕਰਦਾ ਤੇ 500 ਦੇ ਉਹ ਵੱਡੇ ਮਾਰਦਾ ਧਰੇਲਾ ਮਾਰਿਆ। ਕਰ ਦੋ ਸ਼ੇਅਰ ਕਰ ਦੋ ਬਾਈ ਸਾਰੇ ਭਰਾ, ਜਿਹੜਾ ਆ ਰਿਹਾ ਸਾਹਮਣੇ ਇਹ ਗੋਲਡੀਆਂ ਸਾਡੇ ਵਾਲੀਆਂ, ਇਸ ਵੇਲੇ ਵੀ ਧੁੱਕੀ ਕਹਿੰਦੇ ਕੱਢੀ ਹੈ ਬੰਦੇ ਨੇ ਮਿਲ ਰਹੀ ਹੈ, ਇਹ ਸਾਡੇ ਵਾਲੀਆਂ ਕਹਿੰਦੇ ਗੋਲਡੀ, ਦਾਊ ਸਾਹਿਬ ਨੇ ਕਹਿੰਦੇ ਦੋਵੀ ਵਾਲੀ ਜੁੱਤੀ ਦਾ ਯਾਰ ਹੈ ਤੇ ਦਾਊ ਸਾਹਿਬ ਦੇ ਵਿੱਚ ਵੀ ਕਹਿੰਦੇ ਤਿੰਨ ਬਰੈਲ ਨੂੰ ਪਟਾਕੇ ਪਹਿਣਗੇ ਤੇ ਵੀਰੋ। ਆਹ ਗੱਲਾਂ ਕਹਿੰਦੇ ਹੋਰ ਵੀ ਆ ਸਾਹਮਣੇ ਕਹਿੰਦੇ ਅਗਲੀ ਬਾਲ ਭੁੱਚੋ ਵਾਲਾ ਕਹਿੰਦੇ ਬਾਕੀ ਭੁੱਚੋ ਵਾਲਾ ਕਹਿੰਦੇ ਬਲੈਕੀ ਵਾਲਾ ਪਾ ਰਹੇ ਮੇਰੇ ਮਿੱਤਰ ਮਾਪਿਆਂ ਦਾ ਰਣਜੀਤ ਸਿੰਘ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਵੱਧ ਗਿਆ। ਕਰ ਦੋ ਸ਼ੇਅਰ ਕਰ ਦੋ ਬਾਈ ਸਾਹਨੇ ਵਾਲੀ ਸਾਹਨੇ ਵਾਲੀ ਪਰ ਉਧਰ ਵੇਖ ਬਠਿੰਡੇ ਜ਼ਿਲ੍ਹੇ ਵਾਲਾ ਗੋਲਡੀ ਹੱਸਦਾ ਭੁੱਚੋ ਵਾਲਾ ਹੱਸਦਾ ਤੇ ਸ਼ੱਕਾ ਨਾ ਵਧਿਆ ਤੇ ਗੱਲ ਟਿਕਾਣੇ ਲੱਗਣੀ ਨੀ, ਫਿੱਟ ਹੋ ਜਾ ਡਿੱਗ ਤੇ ਆ ਬਾਲ ਤੇ ਹੁਣ ਇੱਕ ਸ਼ੱਕਾ ਵੱਜਦੇ ਤੇ ਗੱਲ ਟਿਕਾਣੇ ਲੱਗੂਗੀ। ਭੁੱਚੋ ਵਾਲਾ ਭੁੱਚੋ ਵਾਲਾ ਭੁੱਚੋ ਵਾਲਾ ਭੁੱਚੋ ਵਾਲਾ ਡੰਗ ਡੰਗ ਮਾਰਦਾ ਭੁੱਚੋ ਰਿਹਾ ਇੱਧਰ ਗੁਰਜਿੰਦਰ ਨੂੰ ਇੱਕ ਵਾਰੀ ਫਲੈਕਸ ਕਰ ਰਹੇ ਸਟੇਜ ਵੱਲੋਂ ਤਾੜੀਆਂ ਬਚਣੀਆਂ ਚਾਹੀਦੀਆਂ ਪਰ ਜਿਹੜਾ ਸਾਹਮਣੇ ਆ ਗਿਆ ਨਾ ਇਹਨੂੰ ਲੋਕੀ ਕਹਿੰਦੇ ਚਾਚਾਰੀ ਚਾਚਾਰੀ ਕਹਿੰਦੇ ਬਾਕੀ ਬਾਕੀ ਗੱਲਾਂ ਟਕਾਣੀਆਂ ਸ਼ੇਪਰੀਆਂ। ਕਾਕਾ ਮੇਰੇ ਮਿੱਤਰੋ ਮੁੰਡੇ ਨੇ ਕਹਿੰਦੇ ਇੱਕ ਮੈਚ ਦਿਖਾ ਕੇ ਮੋਟਰਸਾਈਕਲ ਜਿੱਤਿਆ ਹੋਇਆ, ਆਹ ਵੱਡਾ ਖਿਡਾਰੀ ਹੈ ਸਾਡੀ ਖੇਡ ਕ੍ਰਿਕਟ ਦਾ ਜਿਹਨੇ ਕਹਿੰਦੇ ਕਿਰਨ ਦੇ ਵਾਧੇ ਕਰ ਦਿੱਤੇ ਆ, ਆਦਮਪੁਰ ਤੋਂ ਥੋੜ ਜਿੱਤੇ ਆ ਅਮਰਜੀਤ ਭਾਜੀ ਉਹਨਾਂ ਦੇ ਕੱਪ ਤੋਂ, ਆਹ ਮੁੰਡੇ ਨੇ ਮੇਰੇ ਮਿੱਤਰੋ। ਪਰ ਜਿਹੜਾ ਸਾਹਮਣੇ ਆ ਗਿਆ 5 ਮੋਟਰਸਾਈਕਲ ਟਿਕਾਣੇ ਲੱਗੀਆਂ ਹੋਈਆਂ ਨੇ, ਦਸ ਨੇ ਬਾਈ ਦਸ, ਇੱਕ ਓਵਰ ਦੇ ਕਿੰਨੇ ਬਣ ਗਏ ਜੀ ਦਸ ਦਸ ਬ੍ਰੇਕੀ ਦਸ ਰਨ ਦਸ ਰਨ ਜੀ ਇੱਕ ਓਵਰ ਤੇ ਦਸ ਰਨ ਮੇਰੇ ਵੀਰ, ਇੱਕ ਓਵਰ ਤੇ ਦਸ ਰਨ, ਦੂਜੇ ਓਵਰ ਦੀ ਸ਼ੁਰੂਆਤ
ਕਰਮਲੀ ਕਹਿੰਦੇ ਅਰਦਾਸ ਆ ਗਏ ਨੇ ਰਹੀ ਰਿਹਾ ਅਰਦਾਸ ਦੀਆਂ ਬਾਲਾਂ ਪੈਣਗੀਆਂ ਅਰਦਾਸ ਕਹਿੰਦੇ ਬਾਲ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਹੈ ਆਹ ਕਹਿੰਦੇ ਗੱਲਾਂ ਹੋਣਗੀਆਂ ਨੇ ਰਹੀ ਰਿਹਾ ਵੀ ਜੰਦੀ ਗਿੱਦੜੀ ਜਨਮ ਹੈ ਗਿੱਦੜਾਂ ਨੂੰ ਤੇ ਹੁੰਦਾ ਸ਼ੇਰੀ ਦੇ ਘਰ ਪੁੱਤਰ ਸ਼ੇਰ ਪੈਦਾ ਜਿਹੜੀ ਜ਼ਮੀਨ ਵਾਲੀਆਂ ਚਿਲ ਜਾ ਰਹੇ ਤੇ ਉੱਤੇ ਹੁੰਦੀ ਹੈ ਫਸਲ ਸਦਾ ਢੇਰ ਪੈਦਾ ਤੇ ਚੰਦ ਪੰਨਿਆਂ ਨੇ ਰਾਤ ਨੂੰ ਦਿਨ ਚਿਹਰੇ ਤੇ ਕਰਦੀ ਮੱਸਿਆ ਸਦਾ ਹਨੇਰ ਪੈਦਾ ਵੀ ਕੀਤੀ ਹੁੰਦੀ ਹੈ ਤਪੱਸਿਆ ਜਿਹਨਾਂ ਮਾਪਿਆਂ ਨੇ ਪੁੱਤ ਉਹਨਾਂ ਦੇ ਘਰ ਹੁੰਦਾ ਇੱਕ ਪਲੇਰ ਪੈਦਾ ਆਹ ਸਮੇਂ ਦੇਖੀਏ ਵੱਡੇ ਮੱਲ ਅਜੇ ਇਸੇ ਧਰਤੀ ਦੇ ਉੱਤੇ ਕਹਿੰਦੇ ਖੇਡਦੇ ਨਜ਼ਰ ਆ ਰਹੇ ਆ ਆਵਾਸ ਦੀਆਂ ਬਾਲਾਂ ਨੇ ਛੇਪਰੀ ਦਾ ਕਾਕਾ ਮੇਰੇ ਮਿੱਤਰੋ ਆਹ ਸਾਹਮਣੇ ਤਿਆਰ ਵਰ ਤਿਆਰ ਹੈ ਖੇਡਿਆ ਗਿਆ ਸ਼ਾਟ ਤੇ ਟੱਬ ਦੀਆਂ ਕਹਿੰਦੇ ਬਾਲਾਂ ਆਹ ਮੁੰਡਾ ਤੁਹਾਡੇ ਪਿੰਡ ਦਾ ਤਾੜੀ ਪੱਜੀ ਨੀ ਮੁੰਡਾ ਤੁਹਾਡੇ ਪਿੰਡ ਦਾ ਤਾੜੀਆਂ ਮਾਰਦੇ ਆ ਕਰੋ ਮੇਰੇ ਹੀਰੋ ਟਿਕੜੀ ਕਸੈੜੀ ਲਾਤੀ ਹਰਮਨ ਮੱਖਣ ਜਿੱਕੀ ਚੀਰ ਦੀ ਕਹਿੰਦੀ ਲਾਤੀ ਉੱਧਰ ਤੇ ਬਾਲ ਕਿੱਥੋਂ ਲੱਗ ਜਾਓ ਬਾਲ ਕਹਿੰਦੇ ਅਗਲੀ ਰੱਬਾ ਗੱਲ ਤੇ ਟਿਕਾਣੇ ਲੱਗ ਗਈ ਸੀ ਗੱਲ ਤੇ ਟਿਕਾਣੇ ਲੱਗ ਗਈ ਸੀ ਗੱਲ ਤੇ ਟਿਕਾਣੇ ਲੱਗ ਗਈ ਸੀ ਡਾਇਰੈਕਟ ਲੱਗਦੀ ਆੜ ਸੀ ਡਾਇਰੈਕਟ ਲੱਗਦੀ ਗਿਆ ਸੀ ਫੇਰ ਹੱਸੀਆਂ ਸੀ ਚੜ੍ਹਦੇ ਵੱਡੇ ਮੇਰੇ ਵੀਰੇ ਹਾਂ ਮੁੰਡਾ ਕਹਿੰਦੇ 11000 ਗਿਆ ਸੀ ਚੱਕਰ ਦੇ ਚੱਕਰ ਕਹਿੰਦੇ ਵੇਖਣ ਵਾਲਾ ਹੋਣਾ ਮੇਰੇ ਹੀਰੋ ਚੱਕਰ ਦੇ ਆ ਚੱਕਰ ਵੇਖਣ ਹੋ ਗਿਆ ਮੇਰੇ ਮਿੱਤਰ ਪੁਰਤਗਾਲ ਵਾਲਾ ਸੋਨੂ ਸੋਨਾ ਵੀਰ ਕਹਿੰਦਾ ਵੀ ਜੇ ਅਰਦਾਸ ਧੁੰਦੇ ਨੂੰ ਆਊਟ ਕਰਦੇ ਤੇ ਰੁਪਈਆ 2100 ਲੈ ਰਿਹਾ ਨੇ ਬਾਕੀ ਰੁਪਈਆ ਕਹਿੰਦੇ 2100 ਪਰ ਸਾਹਮਣੇ ਕਹਿੰਦੇ ਲੁਧਿਆਣੇ ਵਾਲਾ ਮੇਰੇ ਮਿੱਤਰ ਵੀ ਪਿੰਡਾਂ ਵਿੱਚ ਇਹੋ ਜਿਹੇ ਫੈਸਲੇ ਲਾਗ ਡਰਦੇ ਚੀਕਾਂ ਦੇ ਵੀ ਪੁੱਤ ਜੱਟਾਂ ਦੇ ਸ਼ੰਕੀ ਹੁੰਦੇ ਫੋੜ ਫੁਲਟ ਦੇ ਜੀਪਾਂ ਦੇ ਵੀ ਪੁੱਤ ਜੱਟਾਂ ਦੇ ਸ਼ੰਕੀ ਹੁੰਦੇ ਫੋੜ ਫੁਲਟ ਦੇ ਜੀਪਾਂ ਦੇ ਵਾਲ ਪੈਂਦੀ ਹੈ ਤੇ ਸਾਹਮਣੇ ਮੁੰਡਾ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਮੈਨੂੰ ਲੱਗਦਾ ਵੀ ਇਹਦਾ ਚਿੱਤ ਨਹੀਂ ਕਰਦਾ ਇਹਦਾ ਜੀ ਨੀ ਕਰਦਾ ਪਾਲਾ ਪਾਉਣ ਨੂੰ ਆਹ ਪੁੱਛਲਾ ਸੱਤੀਆ ਮੁੰਡੇ ਨੂੰ ਪੁੱਛਲਾ ਵੀ ਪਾਲਾ ਸਿੱਟਣੀਆਂ ਪੈਣੀਆਂ ਪਾਲਾ ਸਿੱਟਣੀਆਂ ਪੈਣੀਆਂ ਫੇਰ ਗੱਲ ਲਗੂਟ ਗਿਆ ਨੇ ਖੇਡ ਮੈਦਾਨ ਦੇ ਵਿੱਚ ਆਹ ਲੁਧਿਆਣੇ ਵਾਲਾ ਧੁੰਨਾ ਮੇਰੇ ਮਿੱਤਰੋ ਸਾਡੀ ਖੇਡ ਖਾਸ ਬੋਲਦਾ ਆਹ ਫਾਇਰ ਚੂਨਰ ਹੈ ਆਹ ਸਾਹਮਣੇ ਤਿਆਰ ਬਾਲ ਚੋਟੀ ਦੀ ਖੇਡ ਮੈਦਾਨ ਦੇ ਵਿੱਚ ਕਦੇ ਕਰ ਦਿੱਤੀ ਹੈ ਇੱਕ ਰਨ ਦੇ ਵਾਧੇ ਤੇ ਛੇਪਰੀ ਦਾ ਕਾਕਾ ਮੇਰੇ ਮਿੱਤਰੋ ਮੁੰਡਾ ਫਗਵਾੜੇ ਦੇ ਇਲਾਕੇ ਦਾ ਉਹ ਮੁੰਡਾ ਕਹਿੰਦੇ ਫਗਵਾੜੇ ਵਾਲਾ ਛੇਪਰੀ ਹੈ ਮੇਰੇ ਮਿੱਤਰੋ ਕਾਕਾ ਕਹਿੰਦੇ ਤਿਆਰ ਵਰ ਤਿਆਰ ਹੈ ਆਹ ਮੁੰਡਾ ਵੀ ਮੇਰੇ ਮਿੱਤਰੋ ਇੱਕ ਫੋੜ ਦਾ ਕਹਿੰਦੇ ਜੇਤੂ ਹੈ ਜਿਹੜਾ ਕਹਿੰਦੇ ਸਾਹਮਣੇ ਹੈ ਇਹਨੂੰ ਕਹਿ ਸਕਦੇ ਵੀ ਮੋਟਰਸਾਈਕਲ ਵੀ ਜਿੱਤਿਆ ਜੱਟ ਨੇ ਜਿਹੜਾ ਕਹਿੰਦੇ ਸਾਹਮਣੇ ਹੈ ਤੇ ਆਹ ਮੁੰਡੇ ਨੇ ਬੱਲੇ ਬੱਲੇ ਕਰਾਈ ਹੈ ਕਈ ਮੇਲਿਆਂ ਕਹਿੰਦੇ ਕਈ ਮੇਲਿਆਂ ਦੇ ਵੀ ਹੋਲੀ ਦੇ ਟੂਰਨਾਮੈਂਟ ਦਾ ਕਹਿੰਦੇ ਛੇਪਰੀ ਵਾਲਾ ਮੋਟਰਸਾਈਕਲ ਜੇਤੂ ਹੈ ਕਰਦੇ ਵੱਡੇ ਹੋਰ ਵੀ ਜਿੱਤਿਆ ਤੇ ਗੱਲਾਂ ਕਹਿੰਦੇ ਹੁੰਦੀਆਂ ਨੇ ਹੁਣ ਕੌਣ ਬੋਲੂ ਹੁਣ ਨੀ ਬੋਲਦਾ ਹੁਣ ਦੇ ਸਾਰੇ ਚੁੱਪ ਆ ਕਹਿ ਤੁਰਦੇ ਗੁਰਜਿੰਦਰ ਸੱਤੀ ਨੇ ਛੱਡਦਾ ਆਹ ਗੱਲਾਂ ਦੇ ਕੁਝ ਹੋਰ ਹੋ ਗਈਆਂ ਵੱਡੇ ਆ
ਚਰਚੇ ਹੋਏ ਆ ਪਰ ਸਾਹਮਣੇ ਬਾਲਾਂ ਪੈਂਦੀਆਂ ਨੇ ਬਾਲ ਪਾਉਣ ਦੇ ਲਈ ਆਵਾਸ ਮੁੰਡਾ ਇਸੇ ਪਿੰਡ ਵਾਲਾ ਮੇਰੇ ਮਿੱਤਰ ਤਿਆਰ ਵਰ ਤਿਆਰ ਹੈ ਤੇ ਸਾਹਮਣੇ ਤੱਕੀਏ ਆ ਲੁਧਿਆਣੇ ਵਾਲਾ ਧੁੰਨਾ ਭਾਰੀ ਪਰ ਬਾਲ ਕਹਿੰਦੇ ਸਿਰੇ ਦੀ ਜਿਹੜੀ ਖੇਡ ਮੈਦਾਨ ਦੇ ਵਿੱਚ ਕਰ ਦਿੱਤੀ ਹੈ। ਮੈਨੂੰ ਲੱਗ ਰਿਹਾ ਵੀ ਓਵਰ ਦੀ ਸਟਾਪਦੀ ਆ। ਲੈ ਵੀ ਆ ਮੇਰੇ ਕਿੰਨੇ ਸਕੋਰ ਆ ਗਏ? 17 ਹੋ ਗਏ। 17 ਕਦੇ ਰੋਂਦੇ ਬੰਦੇ ਨੂੰ ਤੁਸੀਂ ਦੇਖ ਕੇ ਹੱਸਿਓ ਨਾ। ਨੀਤ ਕਦੇ ਵੀ ਭਰੀ ਨਹੀਂ ਉਹ ਹੁੰਦੀ ਯਾਰ ਚੋਰਾਂ ਦੀ ਤੇ ਤੰਦਰੁਸਤੀ ਦਾ ਮੇਲਾ ਕ੍ਰਿਕਟ ਖੇਡ ਹੈ ਯੋਰਾਂ ਦੀ ਮੇਲਾ ਕ੍ਰਿਕਟ ਖੇਡ ਆ ਜੋਰਾਂ ਦੀ। ਆਓ ਸਾਹਮਣੇ ਦੇਖਿਆ ਜਾ ਵੱਡਾ ਖੇਡ ਵੇਲਾ ਆਹ ਜਿਹੜਾ ਖੇਡਿਆ ਜਾ ਰਿਹਾ ਪਰ ਭੁੱਚੋ ਨੇ ਕਹਿੰਦੇ ਬਲੈਕੀ ਦੀਆਂ ਜਿਹੜੀਆਂ ਬਾਲਾਂ ਕਹਿੰਦੇ ਪੈਂਦੀਆਂ ਨੇ ਰਣਜੀਤ ਸਿੰਘ ਬਲੈਕੀ ਵਾਲਾ ਪਾਉਣ ਦੇ ਲਈ ਜਿਹੜਾ ਤਿਆਰ ਪਰ ਤਿਆਰ ਹੈ ਪਰ ਸਾਹਮਣੇ ਸ਼ਿਵਪੁਰੀ ਕਾਕਾ ਦੁਨੀਆਂ ਦਾ ਮਹਾਨ ਮੇਰੇ ਮਿੱਤਰ ਜਸਵੰਤ ਤੇ ਤੈਨੂੰ ਕਹਿੰਦਾ ਵੀ ਥੋੜਾ ਜਿਹਾ ਭੱਜ ਕੇ ਹੋ ਜਾ ਚੜਦੇ ਫਿਰਦੇ ਆ ਭੁੱਚੋੜੇ ਦੀ ਬਾਲ ਦੇ ਇੱਧਰ ਦੇ ਕੀ ਆ ਇੱਥੇ ਦੇ ਕਰਨੀ ਆ ਇੱਥੇ ਦੇ ਕੀ ਮਿਲ 18 ਹੋ ਗਏ। ਆਹ ਮੇਰੇ ਵੀਰੇ 13 ਬਾਲਾਂ ਚਰਦੇ ਬੱਟੇ ਚੌਵੀ ਬਾਲ ਪੈਣ ਲੱਗੀ ਆ। ਬਾਕੀ ਸਾਹਮਣੇ ਦੇਖੀਏ ਵੀ ਤੀਜੇ ਓਵਰ ਦੀ ਦੂਜੀ ਬਾਲ ਪੈਣ ਲੱਗੀ ਹੈ ਖੇਡ ਮੈਦਾਨ ਦੇ ਵਿੱਚ। ਆਹ ਮੈਚ ਦੀ 14ਵੀਂ ਬਾਲ ਆਹ ਖੇਡ ਮੈਦਾਨ ਦੇ ਵਿੱਚ ਗੱਭਰੂ ਤਿਆਰ ਨਾਗੇ ਡਾਂਸ ਪਿੰਡ ਵਾਲੇ ਮੰਗ ਕਰਦੇ ਆ ਜਿਹੜੇ ਸਟੇਜ ਤੇ ਬੈਠੇ ਭੁੱਚੋੜੇ ਜਰਨੈਲ ਵੱਲੋਂ 500 ਭੁੱਚੋੜੇ ਪਰ ਨਾਗੇ ਡਾਂਸ ਭਾਲਦੇ ਥੋੜਾ ਰਿਹਾ ਭੁੱਚੋੜਿਆ ਹਾਂ ਰਾਖਾ 500 ਰੁਪਇਆ ਜਰਨੈਲ ਜੁਲੇਸ਼ੇ ਵੱਲੋਂ ਯਾਨੀ ਹਰਮਨ 500 ਪਾ ਤੇਰੇ ਵੱਲੋਂ ਦੇਣਾ ਹਰਮਨ 500 ਤੇਰੇ ਵੱਲੋਂ 1000 ਦੀ ਵਿਗੜ ਕੀਤੇ ਕਰੀ ਮੋਟਰਸਾਈਕਲ ਜਿੱਤਿਆ ਹੋਇਆ ਕਹਿੰਦੇ ਵਾਸ਼ੂ ਆ ਗਏ ਮੇਰੇ ਵੀਰ ਪਰ ਕਹਿੰਦੇ ਬਾਲਾਂ ਭੁੱਚੋ ਲੈ ਰਹੀਆਂ ਨੇ ਬਾਲਾਂ ਦੇ ਦੇਖਦੇ ਸਾਹਮਣੇ ਹੁੰਦਾ ਧੰਨਿਆ ਲੋਕਾਂ ਨੇ ਨਜ਼ਾਰੇ ਹੀ ਲੈਣੇ ਸੀ ਦੇਖਦੇ ਬਾਸੂ ਰਹਿੰਦੀਆਂ ਪਾਲਾਂ ਦੇ ਸਿੰਗਲ ਪਾ ਕੇ ਧੰਨੇ ਨੂੰ ਕਰਦੇ ਮੂਹੇ ਕਵੀਰੇ ਤਿੰਨ ਰਹਿੰਦੀਆਂ ਭੋਚੋ ਦਾ ਬਲੈਕੀ ਸਾਨਿਆਂ ਦਾ ਬਾਸ਼ੂ ਟੱਕਰ ਸਿਰੇ ਦੀ ਪਾਲ ਪਈ ਆ ਮੇਰੇ ਮਿੱਤਰੋ ਫਿਰਦੇ ਦੁਨੀਆਂ ਨਚਾਈ ਹੋਈ ਆ ਚਾਈ ਹੋਈ ਆਗਲਾ ਤੇਰੇ ਪਿੰਡ ਵਾਲਾ ਮੇਲਾ ਯਾਦ ਕਰਾਤਾ ਭੁੱਚੋ ਵਾਲੇ ਨੇ ਤੇਰੇ ਯਾਦ ਆਉਣਾ ਜਦੋਂ ਦਾਵਣ ਆ ਗਿਆ ਤੇਰੇ ਇਹ ਮੁੰਡੇ ਸੀ ਜਿਹੜੇ ਖੱਤੀ ਖਾਣ ਜਾਂਦੇ ਸੀ
ਇਹਨੇ ਰਾਜਸਥਾਨ ਵਾਲੇ ਮੋੜੇ ਸੀ ਇਹ ਪਿਛੋਲਾ ਮੂਰ ਚ ਲੱਗਦਾ ਆ ਵੇਰਿਆ ਫਿਰਦਾ ਵੇਰਿਆ ਵੇਰਿਆ ਫਿਰਦਾ ਇੱਕ ਆਉਂਦਾ ਤੇ ਇੱਕ ਮੁੜ ਜਾਂਦਾ ਮੈਂ ਵੀ ਕਲਵੀਰ ਇੱਕ ਰਹੇਗੀ ਜਾਂ ਦੋ ਚਾਰ ਓਵਰ ਪਏ ਸੋਰੀ ਪੰਜ ਸੌ ਪਰ ਪੁੱਛੋ ਵਾਲਾ ਪਿੰਡੇ ਨੂੰ ਮਿੱਟੀ ਨੀ ਲੱਗਣ ਦਿੰਦਾ ਲੇਕਿਨ ਇਹਨੂੰ ਪੁੱਛੀ ਸਿੰਗਲ ਕਿਉਂ ਨੀ ਲਿਆ ਪੁੱਛਦੇ ਰਹੋ ਕੇ ਪੁੱਛੀ ਲੈ ਵੀ ਤੁਨੇ ਹੋਵੇ ਕੀ ਕਹਿੰਦਾ ਨਹੀਂ ਨਹੀਂ ਕੱਲ ਹੈਪੀ ਆਰਡਰ ਨਹੀਂ ਹੋਰ ਮੈਨੇ ਕਿਹਾ ਇੱਥੇ ਰੱਖ ਉਹ ਕਹਿੰਦਾ ਮੇਰਾ ਦਿਲ ਨਹੀਂ ਕਰਦਾ ਤੇਰੇ ਮੂਹਰੇ ਉਹਨੂੰ ਤੇ ਗੱਲ ਨਹੀਂ ਤੁਸੀਂ ਹੋਰ ਬਣ ਜੂਗੀ ਇੱਕ ਰਹਿੰਦੀ ਤਮਣੇ ਜੇ ਛੱਕਾ ਨਾ ਵੱਜਿਆ ਤੇ ਤਿੰਨ ਓਵਰ ਤੇ ਪੰਜ ਹੀ ਪੈਂਦੇ ਲੱਗਦੇ ਆ ਜੇ ਛੱਕਾ ਨਾ ਵੱਜਿਆ ਐਕਸ਼ਨ ਹੋਏ ਆ ਪਰ ਓਵਰ ਦੀ ਸਮਾਪਤੀ ਹੈ ਤਿੰਨ ਓਵਰ ਦੇ ਕਿੰਨੇ ਬਣ ਗਏ ਜੀ ਅਠਾਰਾਂ ਜ਼ੋਰਦਾਰ ਤਾੜੀ ਮਾਰ ਦੇ ਲਾਵੀ ਉਹਨੂੰ ਸਾਹ ਲੱਗੇ ਆਪਣੇ ਪੇਪੇ ਬਾਪੂ ਜਿਹੜਾ ਤਾੜੀਆਂ ਮਾਰੇ ਪੁੱਛੋ ਰੇ ਬਰੇਕੀ ਦੇ ਲਈ ਬਾਕੀ ਇੱਕ ਰਨ ਤੇ ਦੋ ਰਿਕਟੇ ਮੇਰੇ ਵੀਰੋ ਕਿਸੇ ਨਾ ਘੱਟ ਬੱਲੀਏ ਮੈਂ ਖੇਡਦਾ ਦਲੇਰੀ ਨਾਲ ਦੇਖਿਆ ਕੋਟੜੇ ਕੌਰੇ ਦਾ ਜੱਟ ਬੱਲੀਏ ਮੈਂ ਵੇਖ ਖੇਡਦਾ ਦਲੇਰੀ ਨਾਲ ਵੇਖਿਆ ਕੋਟੜੇ ਵਾਲਾ ਜੱਟ ਬੱਲੀਏ ਲੈ ਵੀ ਕਲਵੀਰਿਆ ਜਿਹਨਾਂ ਜਿਹਨਾਂ ਨੇ ਮਾਨ ਨੂੰ ਵੇਖਿਆ ਉਹ ਜਾਣਦੇ ਨੀ ਮਾਨ ਤੇ ਕਿਹੜੀ ਸ਼ਾਇਦ ਨਾਲ ਰਿਹਾ ਉਹਨਾਂ ਨੂੰ ਛਿੱਕੇ ਮਾਰੇ ਕੋਟੜੇ ਦੇ ਮਾਨ ਨੇ ਜਿਹੜੇ ਕਹਿੰਦੇ ਵੀ ਅਸੀਂ ਸਿੰਗਲ ਵੀ ਲੈਣ ਦੇਣਾ ਉਹ ਕਹਿੰਦੇ ਕੋਟੜੇ ਦੇ ਮਾਨ ਦੀਆਂ ਗੱਲਾਂ ਤੇ ਤਲਵਿੰਦਰ ਵੀ ਤਿਆਰ ਹੋਇਆ ਸ਼ੋਸ਼ਣ ਵਾਲਾ ਕੈਨੇਡਾ ਦੀ ਧਰਤੀ ਦੇ ਮੇਰੇ ਵੀਰੋ ਅਜੇਰ ਤੇ ਸੱਤੂ ਦੀਆਂ ਗੱਲਾਂ ਤੇ ਹੋਰ ਜਿਹੜੇ ਕਹਿੰਦੇ ਹੀਰੇ ਦੀਆਂ ਗੱਲਾਂ ਇਹ ਕਹਿੰਦੇ ਮੇਰੇ ਵੀਰੋ ਕ੍ਰਿਕਟ ਦੇ ਸਟਾਰ ਟੌਪ ਦੇ ਖਿਡਾਰੀ ਜਿਹਨਾਂ ਨੇ ਪਹਿਲੀਆਂ ਗੱਲਾਂ ਕਿਸ਼ੋਰ ਤੱਕ ਸਿਰਾ ਲਾਇਆ ਮੇਰੇ ਵੀਰੋ ਕਦੇ ਵੈਰ ਕਹਿੰਦੇ ਹੈਰੀਆਂ ਗੱਲਾਂ ਬਾਈ ਜੀ ਬਾਹਰਲੇ ਪਾਸੇ ਤੇ ਬਾਹਲਾ ਵਧੀਆ ਕਿਉਂਕਿ ਤੁਹਾਡੇ ਚ ਬਾਲ ਲੱਗ ਕੇ ਰੋਕੀ ਨੇ ਫਿਰ ਬਾਹਲਾ ਵੱਡਾ ਰੌਲਾ ਪੈ ਜਾਣਾ ਲਓ ਸਾਹਮਣੇ ਦੇਖੀਏ ਸੱਤੀ ਪਹਿਲਾਂ ਪਾਉਣ ਲਈ ਤਿਆਰ ਹੈ ਆਓ ਸਾਹਮਣੇ ਤੋਬਲੀਆਂ ਕਦੇ ਬਾਲਾਂ ਮੁੰਡਾ ਕਦੇ ਪਾਈ ਤੁਰੇ ਆਉਂਦਾ ਮੇਰੇ ਮਿੱਤਰ ਪਰ ਬਾਲ ਕਦੇ ਬੈਠਦੇ ਇਸ਼ਾਰੇ ਲੈ ਵੀ ਸੱਤੀ ਮੰਨਣੀ ਪੈਣੀ ਹੈ ਧੂਰੇ ਵਾਲਾ ਕਹਿੰਦੇ ਕਲਵੀਰ ਹੈ ਬਾਲ ਕਹਿੰਦੇ ਬਾਈਡ ਹੈ ਧੂਰੇ ਵਾਲਾ ਚਰਚੀ ਹੋਏ ਆ ਧੂਰੇ ਵਾਲਾ ਕਹਿੰਦੇ ਕਲਵੀਰ ਮੇਰੇ ਹੀਰੋ ਗੱਲਾਂ ਕਹਿੰਦੇ ਕਰਵਾਉਂਦਾ ਤੇ ਸੱਤੀ ਕਹਿੰਦੇ ਅਗਲੀ ਬਾਲ ਫੇਰ ਪਾਉਂਦਾ ਤੇ ਸੱਤੀ ਆਹ ਵਰਦੀਆਂ ਤਗੜੀਆਂ ਪੈ ਗਈਆਂ ਤੇ ਗੱਲ ਟਿਕਾਣੀ ਲੱਗ ਜੂਗੀ ਤੇ ਆਹ ਵਰਦੀਆਂ ਤਗੜੀਆਂ ਪੈ ਗਈਆਂ ਤੇ ਗੱਲ ਟਿਕਾਣੇ ਲੱਗ ਜੂ ਗੱਲ ਸਿਰੇ ਲੱਗ ਜੂ ਮੇਰੇ ਮਿੱਤਰ ਹੋਰ ਚੁਨਰ ਨੂੰ ਮੋੜਦਾ ਗੱਲ ਹੋਰ ਟਿਕਾਣੇ ਲੱਗ ਜੂਗੀ ਮੈਨੂੰ ਆਪ ਖੁੱਲੂ ਸਾਹਮਣੇ ਗੱਲਾਂ ਹੋਰ ਗਈਆਂ ਪੁੱਛੋ ਨਾ ਜ਼ੋਰ ਲੱਗਿਆ ਹੋਇਆ ਉਹ ਕਹਿੰਦਾ ਵੀ ਸੱਤੀ ਪੜਦਾ ਵੱਟ ਕੇ ਪਾ ਗਿਆ ਹਾਂ ਗੱਲ ਟਿਕਾਣੇ ਲਾ ਗਿਆ ਉਧਰੋਂ ਕੈਨੇਡਾ ਨੇ ਯਾਰ ਲਾਈ ਵਾ ਯੂ ਐਸ ਲਾਈ ਵਾ
ਤੇ ਗੱਲਾਂ ਕਹਿੰਦੇ ਹੁੰਦੀਆਂ ਨੇ ਮੇਰੇ ਵੀਰ ਦੋ ਸ਼ੇਰ ਬਾਈ ਸਾਰੇ ਭਰਾ ਬਾਕੀ ਗੱਲਾਂ ਕਹਿੰਦੇ ਟਿਕਾਣੇ ਲੱਗ ਰਹੀਆਂ ਇਹਨਾਂ ਦੀ ਭੈ ਸਾਡੇ ਲੈ ਵੀ ਜਿਹੜੇ ਹੋਇਆ ਸੱਤੀ ਦੀ ਬਾਤ ਦੇ ਲੁਧਿਆਣੇ ਵਾਲਾ ਧੋਨਾ 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 ਸੱਤੀ ਸੱਤੀ ਕਹਿੰਦਾ ਖੜਜਾ ਖੜਜਾ ਹਜੇ ਮੁੱਕੇ ਆਣੀ ਵੀ ਹਰੇ ਮੁੱਕੇ ਆਣੀ ਸਾਹਮਣੇ ਹੈਪੀ ਜਿਹੜੀ ਮਰਜ਼ੀ ਹੋ ਤਾਂ ਤੈ ਬੱਜੋ ਫਾਰ ਜੋ ਰਹਿ ਆਓ ਸਾਹਮਣੇ ਕਹਿੰਦੇ ਅਗਲੀ ਬਾਲ ਲਾਵੀ ਕੈਦ ਵੀ ਦੋ ਛੱਡੇ ਗਏ ਤੇ ਦੋਵੇਂ ਬਾਹਰ ਦੇ ਖਿਡਾਰੀਆਂ ਨੇ ਛੱਡੇ ਆ ਪਾਣੀ ਪੋਦਾ ਕਰੀਏ ਵੀਰੇ ਜੋਧ ਕਿੱਥੇ ਹੈ ਜਦੋਂ ਭੱਜ ਗਏ ਨਾ ਜਾਣਾ ਪੁੱਛੋ ਠੀਕ ਹੈ ਲੈ ਵੀ ਕੋਈ ਡਾਕਟਰ ਹੈ ਆਪਣੇ ਪਿੰਡ ਦਾ ਮੇਰਾ ਵੀਰ ਡਾਕਟਰ ਸਾਹਿਬ ਹੱਡੀ ਵਾਲਾ ਚਾਹੀਦਾ ਅੱਛਾ ਕੋਈ ਗੱਲ ਨੀ ਹੈਗਾ ਹੈਗਾ ਹੈਪੀ ਹੈਗਾ ਬਾਈ ਆਓ ਬੈਟਿੰਗ ਦੇ ਹਲੇ ਗਲਤੀਆਂ ਹੋਈਆਂ ਵੱਡੀਆਂ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਇਹਨਾਂ ਖਿਡਾਰੀਆਂ ਤੇ ਸੱਟਾਂ ਪੇਟਾਂ ਤੋਂ ਕਦੇ ਬਚਾ ਕੇ ਰੱਖੇ ਵਾਹਿਗੁਰੂ ਸੱਚੇ ਪਾਤਸ਼ਾਹ ਪਰ ਸਾਹਮਣੇ ਦੇਖੀਏ ਬਾਲ ਕਦੇ ਪੈਣੀ ਆ ਰਹੀ ਹੈ ਬਾਲਾ ਪਾਉਂਦ ਰਹੀ ਨਜ਼ਰ ਮੇਰੇ ਮਿੱਤਰ ਆ ਕਦੇ ਸੱਤੀ ਹੈ ਫਰੀਦਪੁਰ ਦੀ ਧਰਤੀ ਦਾ ਵੀ ਗੱਭਰੂ ਪੁੱਤ ਮਾਵਾਂ ਸੀੜੀਆਂ ਦੇ ਲੱਗਦਾ ਕੋਈ ਨੀ ਕਿਸੇ ਨਾਲੋਂ ਘੱਟ ਦੇਖੋ ਕਿਸੇ ਨੇ ਟੌਲ ਦੇ ਸ਼ੇਰ ਖਣਾਇਆ ਏ ਕਿਸੇ ਨੇ ਪੱਟ ਦੇ ਖਣਾਇਆ ਵਧੀਆ ਵਧੀਆ ਲੱਗੇ ਤੂੰ ਦੱਸ ਠੀਕ ਆ ਕਹਿਣ ਦੇ ਨੀ ਬੈਟਸਮੈਨ ਕਹਿੰਦਾ ਦਿਖਾਵਾਂਗੇ ਅੱਜ ਤੱਕੀਏ ਟੂਰਨਾਮੈਂਟ ਦਾ ਕੌਣ ਜਿੱਤੂ ਆਹ ਸੋਹਣੇ ਰੰਗਾ ਕੱਪ ਦੇਖੋ ਅੱਜ ਤੱਕੀਏ ਟੂਰਨਾਮੈਂਟ ਦਾ ਕੌਣ ਜਿੱਤੂ ਆਹ ਸੋਹਣੇ ਰੰਗਾ ਕੱਪ ਦੇਖੋ ਆਹ ਸਾਹਮਣੇ ਸਾਹਮਣੇ ਵਾਲੀਆ ਮੁੰਡਾ ਤੇਰਾ ਤਿਆਰ ਵਰ ਤਿਆਰ ਹੈ ਖੇਡ ਮੈਦਾਨ ਦੇ ਵਿੱਚ ਆਹ ਟੌਪ ਵੀ ਆ ਬਾਲਾਂ ਨੇ ਪਰ ਦਾਮਨ ਬੱਲੇ ਨੂੰ ਲੱਗੀਆਂ ਨੀ ਜਿੰਨੀਆਂ ਖੇਡੀਆਂ ਬੰਦਾ ਹਵਾ ਦੇ ਘੁੰਮਿਆ ਫਰੀਦਪੁਰੀਆਂ ਸਿਰਾ ਕਰੀ ਕਰ ਆਉਂਦਾ ਟਾਪ ਦੀਆਂ ਕਹਿੰਦੇ ਪਾਈ ਕਰ ਆਉਂਦਾ ਮੇਰੇ ਮਿੱਤਰ ਹੁੰਦੇ ਆ ਅਗਲੀ ਪਾਲ ਫੇਰ ਕਹਿੰਦੇ ਫਰੀਦਪੁਰੀ ਧਰਤੀ ਦਾ ਮੇਰੇ ਮਿੱਤਰੋ ਤਿਆਰ ਵਰ ਤਿਆਰ ਹੈ ਹਾਂ ਕਬੱਡੀ ਪਿੰਡਾਂ ਦਾ ਚੋਪੜਾ ਬੱਲੇ 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 ਬਣ ਗਿਆ ਬਣ ਗਿਆ ਬਣ ਗਿਆ ਹਰਮਨ ਹਰਮਨ ਕਨੇਡਾ ਵਧੀਆ ਵਧੀਆ ਕਨੇਡਾ ਵਾਲਾ ਹੋਈ ਪਈ ਆ ਜਦੋਂ ਕਨੇਡਾ ਵਾਲਾ ਹੋਈ ਪਈ ਆ ਮੇਰੇ ਮਿੱਤਰ ਤੇ ਚਰਤੇ ਕਦੇ ਹੋਏ ਪਏ ਆ ਖੇਡ ਮੈਦਾਨ ਦੇ ਵਿੱਚ ਗੱਲਾਂ ਲੱਗੀਆਂ ਟਿਕਾਣੇ ਹਾਂ ਗੱਲਾਂ ਕਹਿੰਦੇ ਲੱਗੀਆਂ ਟਿਕਾਣੇ ਵੀ ਬੱਕਰੀ ਮੈਂ ਚੀਨੇ ਆ ਗਿਆ ਬਈ ਹੈਪੀ ਵੀ ਬਲੇਟਾਂ ਵਿੱਚ ਪਿੰਡ ਪਾਉਂਦਾ ਖਿੱਚ ਜਦੋਂ ਬਾਤਾਂ ਪਾਉਂਦੀ ਹੋਈ ਨਾਨੀ ਯਾਰ ਆਊਗੀ ਟੱਕੇ ਵਾਲੀ ਕੁਲਫੀ ਜਵਾਨੀ ਯਾਰ ਆਊਗੀ ਡਾਲਰਾਂ ਤੇ ਪੌਂਡਾਂ ਵਾਲੇ ਭੁੱਲਣੇ ਹਿਸਾਬ ਨੇ ਕਿਸੇ ਨੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ ਇੱਕ ਅਰਦਾਸ ਹੁੰਦੀ ਅੰਮ੍ਰਿਤਸਰ ਵਿਖੇ ਅੱਖਾਂ ਬੰਦ ਕਰੀਏ ਤਾਂ ਅੱਗੋਂ ਮਿਲ ਕਾਰਾਂ ਵਿਖੇ ਪਈਆਂ ਨੇ ਦਰੇਰਾਂ ਭਾਵੇਂ ਝਗੜੇ ਨੇ ਲੱਖਾਂ ਹੋਏ ਵੱਖ ਦਰਿਆ ਹੋਏ ਦਿਲ ਨਹੀਂ ਵੱਖ ਹੋਏ ਇੱਕੋ ਹੀ ਸੁਨੇਹਾ ਦਿੱਤਾ ਸਦਾ ਆਹੋ ਸਾਹਿਬਾ ਤੇਰੇ ਵਾਲਾ ਦਿਮਾਗ ਲੱਗ ਰਿਹਾ ਮੁਕਾਇਆ ਨਹੀਂ
ਮੁੱਕਣਾ ਪੰਜਾਬ ਨੇ, ਕਿਸੇ ਨੇ ਮੁਕਾਇਆ ਨਹੀਂ ਹੋ, ਮੁੱਕਣਾ ਪੰਜਾਬ ਨੇ। ਉਹ ਵੇਖੋ ਵੇਖ ਸਾਹਮਣੇ ਕੌਣ ਆ ਗਿਆ ਮੇਰੇ ਮਿੱਤਰੋ, ਇਹ ਸਾਹਮਣੇ ਵਾਲੀ ਆ ਕਿਹਦੇ ਹੈਪੀ ਹੈ, ਇਹ ਕਹਿੰਦੇ ਬਹੁਤ ਪੜ੍ਹਿਆ ਲਿਖਿਆ ਖਿਡਾਰੀ ਹੈ ਮੇਰੇ ਵੀਰੋ, ਬੜਾ ਕਹਿੰਦੇ ਐਜੂਕੇਟਡ ਖਿਡਾਰੀ ਆ, ਇਹ ਕਹਿੰਦੇ ਹਰਪ੍ਰੀਤ ਸਿੰਘ, ਮੁੰਡਾ ਕਹਿੰਦੇ ਸਾਹਮਣੇ ਵਾਲੀ ਹੈ ਮੇਰੇ ਵੀਰੋ, ਆਹ ਕਹਿੰਦੇ ਬਾਲ ਪੈ ਗਈ ਹੈ ਸਾਹਮਣੇ ਵਾਲੀ ਹੈ, ਆਓ ਇੱਧਰ ਦੇ ਆਓ ਸਾਹਮਣੇ ਦੇਖ ਲੈ ਬਾਲ, ਲੈ ਵੀ ਵੀਰੇ ਮੱਖਣ ਕਲਵੀਰੇ ਤੁਹਾਡੇ ਪੈਰ ਦੱਸ ਦਿਓ ਕੀ ਚੱਕਰ ਹੈ ਮੇਰਾ ਵੀਰ, ਤਿੰਨ ਰਨ ਜੁੜ ਗਏ, ਤਿੰਨ ਰਨ ਜੁੜ ਗਏ, ਆਓ ਬਿਨਾਂ ਬਾਲ ਤੋਂ ਤਿੰਨ ਰਨ ਜੁੜ ਗਏ, ਸੱਤੀ ਵਧੀਆ ਬਾਲਾਂ ਪਾਈ ਇਹਨਾਂ ਸੋਹਣੇ ਗੱਲ ਬਣ ਜੋਗੀ, ਆਓ ਗੱਲਾਂ ਹੋੜ ਗਈਆਂ ਬੱਲੇ 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 ਰਨ ਕਹਿੰਦੇ ਛੇ ਹੈ ਮੇਰੇ ਵੀ, ਛੇ ਦੇ ਕਹਿੰਦੇ ਵਧੇ ਜਿਹੜੇ ਖੇਡ ਮੈਦਾਨ ਦੇ ਵਿੱਚ, ਉਹ ਹੋ ਗਿਆ ਮੇਰੇ ਮਿੱਤਰ ਗਬਰੂ ਨੇ ਕਹਿੰਦੇ ਧੰਨ ਧੰਨ ਜਿਹੜੀ ਕਰਵਾ ਦਿੱਤੀ ਹੈ ਸਹਿਮੇ ਅੱਲਾ ਹੈਪੀ, ਤੇ ਕਿੰਨੇ ਬਣਿਆ ਜੀ ਹੁਣ ਪੈਂਤੀ ਹੋ ਗਏ, ਪੈਂਤੀ ਨੇ ਛਿੱਕਾ ਲੱਗ ਗਿਆ, ਪੈਂਤੀ ਆ ਭਾਈ ਜੀ ਕਿੰਨੇ ਬਣ ਗਿਆ, ਪੈਂਤੀ 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 ਹੋ ਗਿਆ ਜੀ ਪੈਂਤੀ, ਤੇ ਪੰਜਵੇਂ ਨੰਬਰ ਦੀ ਸ਼ੁਰੂਆਤ ਵੇਖ ਦਲੇਰਾਂ ਵਾਲੇ ਆ, ਕਿਹੜੇ ਮੁੰਡੇ ਨੇ ਕਰਨੀ ਵੀ ਕਿਹਦੇ ਵਾਲਾਂ ਪਾਉਣੀਆਂ, ਪੈਂਤੀ ਬਣ ਗਏ ਮੇਰੇ ਵੀਰੋ, ਪੈਂਤੀ ਬਣ ਗਏ, ਚਾਰ ਓਵਰ, ਚਾਰ ਓਵਰ ਦੇ ਪੈਂਤੀ, ਪਹਿਲੇ ਚਾਰ ਦੇ ਸਿਰੇ ਦੇ ਪੈ ਗਏ ਆ, ਤਿੰਨ ਰਹਿ ਗਏ ਆ, ਗੁਰੀ ਆ ਗਿਆ, ਧੁੰਨਾ ਆ ਗਿਆ, ਗੁਰੀ ਆ ਗਿਆ ਤੇ ਧੁੰਨਾ ਆ ਗਿਆ, ਤੇ ਗੱਲ ਕਹਿੰਦੇ ਟਿਕਾਣੇ ਲਾ ਗਿਆ, ਬਾਕੀ ਬਾਕੀ ਗੱਲ ਟਿਕਾਣੇ ਲਾ ਗਿਆ ਵੀ ਟੱਕਰ ਹੋ ਗਈ ਸਿਰਾਂ ਦੀ, ਖੜ ਕੇ ਪੇਖੇ ਕੁੱਲ ਜਵਾਨਾ ਵੀ ਕੱਪਦੇ ਹੀ ਜਿੱਤਣਗੇ, ਆਹ ਜਿਹਨਾਂ ਨੇ ਟੌਲਿਆ ਪੱਟਾਂ ਦੇ ਕੁੱਟਾਂ ਨੇ ਜਾਣਾ, ਕੱਪਦੇ ਹੀ ਉਹ ਜਿੱਤਣਗੇ, ਜਿਹਨਾਂ ਨੇ ਟੌਲਿਆ ਪੱਟਾਂ ਦੇ ਕੁੱਟਾਂ ਦੇ ਵਿੱਚ ਜਾਣਾ, ਧਿਆਨ ਗੱਲਾਂ ਟਿਕਾਣੇ ਆ, ਵੱਡਾ ਕਹਿੰਦੇ ਧੰਨਵਾਦ ਕਰ ਰਿਹਾ ਵੀਰ ਸਾਡਿਆਂ ਦਾ, ਜਿਹਨੇ ਵੀ ਭਰਾ ਨੇ ਸਾਡੇ ਹਰਮਨ ਕਨੇਡਾ, ਅਰਸ਼ ਕਨੇਡਾ, ਰਣਧੀਰ ਧੀਰਾ ਹਰਮਨ ਕਨੇਡਾ, ਵੀਰ ਸਾਡਾ ਕਰਨ ਕਨੇਡਾ, ਪ੍ਰਦੀਪ ਭੁੱਲਰ ਬੱਬੂ ਕਨੇਡਾ, ਸੋਨੀ ਬਾਰ ਕਨੇਡਾ, ਹਰਜੀਤ ਕਨੇਡਾ, ਰੁਪਿੰਦਰ ਕਨੇਡਾ, ਨਵਪ੍ਰੀਤ ਕਨੇਡਾ, ਭਵਨ ਕਨੇਡਾ, ਗੁਰਪ੍ਰੀਤ ਕਨੇਡਾ, ਰਮਨ ਕਨੇਡਾ, ਨਰਿੰਦਰ ਕਨੇਡਾ, ਦਲਪ੍ਰੀਤ ਕਨੇਡਾ, ਹੈਪੀ ਭੁੱਲਰ, ਹਰਜਿੰਦਰ ਮੱਲੀ, ਵਿੱਕੀ ਸ਼ਰਮਾ, ਅਵਾਸ ਅੰਸਾਰੀ, ਤੇ ਨਾਲ ਹੀ ਬਲਦੇਵ ਸਿੰਘ ਜੀ ਧਾਲੀਵਾਲ ਯੂਐਸਏ, ਵਿਕਰਮ ਸਿੰਘ ਵਿੱਕੀ ਸਾਡਾ ਵੀ ਨਿਊਜ਼ੀਲੈਂਡ ਦਾ, ਜਰਨੈਲ ਭੁੱਲਰ ਸਾਡਾ ਵੀਰੇ ਯੂਐਸਏ ਵਾਲਾ, ਹਰਜਿੰਦਰ ਆਸਟ੍ਰੇਲੀਆ, ਸਿੰਧੀ ਆਸਟ੍ਰੇਲੀਆ, ਹਰਜਿੰਦਰ ਨਾਵਾ, ਜਸਵਿੰਦਰ ਨਾਵਾ, ਬਲਵਿੰਦਰ ਨਾਵਾ ਦੇ ਨਾਲ ਇੰਦਰਜੀਤ ਨਾਵਾ, ਜਗਵਿੰਦਰ ਨਾਵਾ, ਹਰਵਿੰਦਰ ਮੱਲੀ, ਤੇ ਨਾਲ ਹੀ ਸੁੱਖਾ ਜੈਲਦਾਰ, ਤੇ ਨਾਲ ਹੀ ਜਗਤਾਰ ਮੱਲੀ, ਨਾਲ ਹੀ ਗੁਰਸ਼ਰਨ ਮੱਲੀ, ਮਨਜਿੰਦਰ ਮੱਲੀ, ਅਕਾਲਜੀਤ ਸਿੱਧੂ, ਅਮਰਜੀਤ ਸਿੱਧੂ, ਗੁਰਜਿੰਦਰ ਭੁੱਲਰ, ਮਣੀ ਯੂਕੇ, ਕਰਨ ਕਨੇਡਾ, ਆਕਾਸ਼ ਕਨੇਡਾ, ਹੈਰੀ ਆਸਟ੍ਰੇਲੀਆ, ਹਰਜਿੰਦਰ ਮੱਲੀ ਦੇ ਨਾਲ ਹੀ ਸਾਡਾ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਲੱਕੀ ਹੋਣੀ, ਬਹੁਤ ਬਹੁਤ ਧੰਨਵਾਦ, ਹਾਂਜੀ ਗੁਰਪ੍ਰੀਤ ਜੀ।
ਲਓ ਸਾਹਮਣੇ ਵੇਖੇ ਗੁਰਸੂਲਪੁਰ ਸੈਮੀ ਚ ਬਾਈ ਫੇਰ ਮੈਦਾਨ ਦੇ ਵਿੱਚ ਪੈਣੀਆਂ ਨੇ ਲੁਧਿਆਣੇ ਵਾਲਾ ਕਹਿੰਦੇ ਧੋਨਾ ਜਿਹੜਾ ਸਟ੍ਰਾਈਕ ਦੇ ਉੱਤੇ ਕਹਿੰਦੇ ਨਾਇਨ ਮੇਰੇ ਮਿੱਤਰ ਉਹ ਆ ਗਏ ਤੇ ਚਰਚੇ ਕਹਿੰਦੇ ਹੁੰਦੇ ਇਸ ਨਾਇਨ ਦੀ ਖੇਡ ਦੇ ਜਿਹੜਾ ਕਹਿੰਦੇ ਸਾਹਮਣੇ ਹੈ ਲੋਕੀ ਫੌਰ ਜੂਨੀਅਰ ਕਹਿੰਦੇ ਗ੍ਰੇਡ ਦੀ ਤੇ ਭਾਜੀ ਭਾਜੀ ਕਹਿੰਦੇ ਸਿੱਧੀਆਂ ਸਿੱਧੀਆਂ ਪੌੜੀਆਂ ਪੌੜੀਆਂ ਪੈਣ ਗਈਆਂ ਪੌੜੀਆਂ ਦੇ ਪੈਣੀਆਂ ਪੌੜੀਆਂ ਪੈਣੀਆਂ ਗੱਲ ਤੇ ਫੇਰ ਬਣਨੀ ਹੈ ਪਰ ਜੇ ਕਿਤੇ ਕਹਿੰਦੇ ਫੇਰ ਗੱਲ ਕੁਝ ਹੋਰ ਥੋੜੀ ਸੀਗੀ ਹੈ ਪਰ ਹਲੇ ਖੜਾ ਹੈ ਲੁਧਿਆਣੇ ਵਾਲਾ ਗੁੜੀਆਂ ਨੂੰ ਮੋੜਦੇ ਪਰ ਇੱਥੇ ਫੋਰ ਬਾਏ ਫੋਰ ਹੈ ਫੋਰ ਬਾਏ ਫੋਰ ਹੈ ਇਹ ਬਣ ਗਿਆ ਬਣ ਗਿਆ ਬਲੈਕੀ ਛੱਡ ਗਏ ਇਸੇ ਦੇ ਕੈਚ ਇਸਦੇ ਕੈਚ ਗੱਲਾਂ ਦਾ ਕੁਝ ਹੋਰ ਬਣ ਗਿਆ ਲੁਧਿਆਣੇ ਪਰ ਦੇਖਣ ਨੂੰ ਨੀ ਮਿਲੇ ਨਾ ਗੱਲ ਬਣੀ ਫਿਰ ਗੱਲ ਬਣਨੀ ਵੀ ਹੈ ਨੀ ਹੁਣ ਤਾਂ ਫੇਵਰੇਟ ਪਰ ਉਹ ਕਹਿੰਦਾ ਚੱਕਾ ਹੁਣ ਤੇ ਗੱਲ ਕੁਝ ਹੋਰ ਬਣਾ ਦੋ ਹੁਣ ਤੇ ਰਿਕਾਰਡ ਬਣਾ ਦੋ ਕੱਲਾ ਵੀ ਹੁਣ 100 ਰਨ ਮਾਰਨ ਦਾ ਦਮ ਰੱਖਦੇ ਮੇਰੇ ਵੀਰੇ ਬਾਕੀ ਕੱਲਾ ਵੀ 100 ਮਾਰਨ ਦੇ ਦਮ ਰੱਖਦੇ ਵੀ ਗੱਲ ਪੱਕੀ ਹੈ ਵੀ ਬੱਕਰੀ ਫਦਾਮ ਖਾ ਕੇ ਕਦੇ ਮੱਲ ਨੀ ਬਣੀ ਵੀ ਥੋੜਾ ਟਾਈਮ ਖੜਦਿਆਂ ਬਣਾ ਕੇ ਛੱਡਾਂਗੇ ਜਿਹੜੇ ਜਿਹੜੇ ਕਹਿੰਦੇ ਵੀਰੇ ਗੱਲ ਨੀ ਬਣੀ ਲੁਧਿਆਣੇ ਦਾ ਧੁਨਾ ਤੇ ਗੁਰੀ ਗੁਰੀ ਤੇ ਧੁਨਾ ਗੁਰੀ ਤੇ ਧੁਨਾ ਸੱਤ ਪਾ ਹੁਣ ਹੁਣ ਛਿੱਕੇ ਲਵਾ ਦੇ ਫਿਰ ਹੁਣ ਹੁਣ ਬਾਲਰ ਬੇਚਾਰਾ ਕੀ ਕਰੇ ਠੰਡਾ ਪਾਣੀ ਠੰਡਾ ਪਾਣੀ ਪੀ ਮਰੇ ਹੁਣ ਬਾਲਰ ਬੇਚਾਰਾ ਫੇਰ ਕੈਚ ਛੱਡ ਕੇ ਛੱਕਿਆ ਲੱਗ ਗਏ ਗੁਰੀਲੀ ਮਾਰੋ ਪਹਿਲਾਂ ਅਫਸਰਾਂ ਦੇ ਮੁੰਡੇ ਨੇ ਯਾਰ ਹੁਣ ਵੀ ਤਗੜੀਆਂ ਪਈਆਂ ਉਹ ਤੇ ਕਸੂਰ ਉਹਨਾਂ ਦਾ ਸਾਬਰਾ ਜੀ ਕੈਰ ਕਰ ਲਾ ਸੋਹਣਾ ਵੀਰਾ ਉੱਡ ਕੇ ਤੇ ਗੱਲ ਫੜ ਜਾਣੀ ਸੀ ਉਹ ਕਹਿੰਦਾ ਥੋੜਾ ਇਧਰੋਂ ਥੋੜੀ ਦਾਣਾ ਮੰਡੀ ਢਲ ਗਈ ਧੋਆ ਆ ਗਿਆ ਥੋੜੀ ਨੀਵੀ ਹੋ ਗਈ ਦਾਣਾ ਮੰਡੀ ਜੇ ਕਿਤੇ ਉੱਤੀ ਹੁੰਦੀ ਫਿਰ ਗੱਲ ਕੁਝ ਹੋਰ ਹੋਣੀ ਸੀ ਲੈਵਲ ਕਰਾਉਣੀ ਪੈਣੀ ਹੈ ਚੜਦੇ ਫੱਟੇ ਆ ਗਾਂਲੇ ਮੇਲੇ ਨੂੰ ਘਰਾ ਰਿਹਾਗੇ ਪਰ ਅੱਜ ਦੇ ਕਹਿਰ ਫੜ ਲੋ ਆਓ ਸਾਹਮਣੇ ਗੁਰੀ ਦੀ ਅਗਲੀ ਪਾਲ ਤੇ ਲੁਧਿਆਣੇ ਵਾਲਾ ਹੁਣ ਤੇ ਮੈਨੂੰ ਲੱਗਦਾ ਹੈ ਉਹਦਾ ਵੀ ਜੀ ਨੀ ਕਰਦਾ ਉਹ ਵੀ ਫਿਲਡਰਾਂ ਕਨੀ ਬਾਰ ਬਾਰ ਝਾਕਦਾ ਉਹ ਵੀ ਫਿਲਡਰਾਂ ਕਨੀ ਹੁਣ ਬਾਰ ਬਾਰ ਝਾਕਦਾ ਉਹ ਬਾਲ ਪੈਂਦੀ ਸਾਹਮਣੇ ਲੁਧਿਆਣੇ ਵਾਲਾ ਛੱਡਿਆ ਤੀ ਹੁਣ ਇਹਨੇ ਕਿਸੇ ਨੂੰ ਨੀ ਛੱਡਣਾ ਆ ਛੱਡਿਆ ਤੀ ਜਿੱਦੀ ਸਾਡਾ ਵੀ ਸੇ ਤਿਆਰ ਕਰਦੇ ਜਿੱਦੀ ਨੂੰ ਆਹ ਕਹਿ ਤੋਂ ਛੱਡਿਆ ਬਾਕੀ ਐਨ ਕਦੇ ਗੱਲਾਂ ਲੱਗੀ ਹੈ ਟਿਕਾਣੇ ਮੇਰੇ ਮਿੱਤਰ ਹੈਲਪਾਂ ਮੇਰੀ ਮੁੰਡਾ ਕਿਹੜਾ ਕਹਿੰਦੇ ਤਿਆਰ ਹੈ ਗੁਰੀ ਵੀ ਅੱਗੇ ਦੇ ਬੱਲਾ ਮੇਰੇ ਮਿੱਤਰ ਖੇਡ ਮੈਦਾਨ ਦੇ ਵਿੱਚ ਜਿਹੜੀਆਂ ਫਿਰ ਤੋਂ ਕਹਿੰਦੇ ਪੈਂਦੀਆਂ ਨੇ ਆਹ ਮੁੰਡਾ ਕੇਵਲ ਨੂੰ ਕਹਿੰਦੇ ਵਾਧਾ ਜਿਹੜਾ ਆਹ ਨਜ਼ਰ ਆ ਰਿਹਾ ਵੀ ਚੜ ਕੇ ਚਮਾਰੇ ਦੇ ਗਮਾਂਡੀਆਂ ਦੇ ਝਾਕਦਾ ਵੀ ਟੇਮ ਦਾ ਨੀ ਪੱਕਾ ਜਿਹੜਾ 5 ਮਿੰਟ ਆਖਦਾ ਵੀ ਲੀਰੋ ਲੀਰ ਕਰੀ ਦੀ ਨੀ ਚੁੰਨੀ ਉਸਦੀ ਜਿਹਦੇ ਭਾਈ ਨਾਲ ਕੱਪੜੇ ਪਟਾ ਕੇ ਪਾਈ ਦੇ ਬੰਦਾ 4 ਫੁੱਟ ਹੋਵੇ ਭਾਵੇਂ 6 ਫੁੱਟ ਦਾ ਪਰ ਬੰਦੇ ਵਾਲੇ ਗੁਣ ਹੋਣੇ ਚਾਹੀਦੇ ਬੱਲੇ 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 ਬੱਲੇ
ਕੇਂਤਰੀ ਲਾ ਰਿਹਾ ਸਾਹਮਣੇ ਵਾਲੀਆਂ ਨੂੰ ਵੀ ਕਿੱਤ ਲੱਗਦਾ ਨੀ, ਕਦੇ ਧੁੱਪੇ ਚਲੇ ਜਾਂਦੇ, ਕਦੇ ਸ਼ਾਮੇ ਆ ਜਾਂਦੇ ਆ, ਜਿੰਮੀ ਜਿੰਮੀ ਚਲੇ ਜਾਂਦੇ ਆ, ਤੇ ਕਦੇ ਗੋਪੀ ਨੂੰ ਸ਼ਾਮੇ ਆ ਜਾਂਦੇ ਆ, ਦਿਲ ਜਿਹਾ ਲੱਗਦਾ ਨੀ ਨਵੀ ਸਾਹਮਣੇ ਵਾਲੀਆਂ ਦਾ ਵੀ ਆਹ ਗੱਲਾਂ ਕਹਿੰਦੇ ਕਦੇ ਹੋਰ ਰੇ ਨਾਲੀ ਚਰਚੇ ਕਰਾਦੇ ਮੁੰਡੇ ਨੇ, ਉਧਰ ਸ਼ੇਂਟੀ ਦੀ ਖੁੜੀ ਖੁੜੀ ਭਰਾ ਸਾਡੇ ਨੇ, ਆਹ ਕਹਿੰਦੇ ਆਏ ਹੋਏ ਨੇ ਕਠਾਲੇ ਵਾਲੇ ਵੀ, ਪਰ ਬਹੁਤ ਧੰਨਵਾਦ ਹੈ ਹਾਇਓ ਮੇਰੇ ਰੱਬਾ ਲਵੀ ਆ ਗਏ ਸਾਹਿਬ ਨੂੰ ਬਾਹਰ 75 ਆਪਣੇ ਕੋਲ ਪਹੁੰਚ ਗਿਆ, 40 ਹੋ ਗਿਆ ਜੀ, 40 ਆ ਗਏ, 40 75 40 ਆ ਗਏ, 75 ਹੋ ਗਏ, ਪਚੱਤਰ ਹੋ ਗਏ, ਸਾਨੂੰ ਪੁੱਛੀ ਮੇਰੇ ਵੀਰ 75 ਬਣ ਗਏ, 75 ਬਣ ਗਏ ਮੇਰੇ ਵੀਰ, ਹੁਣ 2 ਓਵਰਾਂ ਦੀ ਖੇਡ ਜਿਹੜੀ ਬਾਕੀ ਰਹਿ ਗਈ ਲਵੀ ਕਮਲ ਗੋਲਡੀ ਕੰਨ ਤੇ ਜਿਹੜਾ ਬੈਠਾ ਜਿੰਮੀ 75 ਬਣ ਗਿਆ, ਉੱਪਰ ਦੇਖ ਕਿਵੇਂ ਚੜਿਆ ਹੋਊਗਾ ਬੰਦੇ ਨੇ, ਗੋਲਡੀ ਕੰਨ ਤੇ ਚੜ ਗਿਆ ਅੱਜ ਲਵੀ ਸੋਹਣਾ ਵੀਰ, ਜਦੋਂ ਤਗੜਾ ਹੋਇਆ ਫਿਰਦੇ ਛੱਕੇ ਪਿੰਡ ਜਾਂਦੇ, ਜਦੋਂ ਕੈਰ ਕਰੇ ਹੁੰਦੇ ਗੋਲਡੀ, ਫਿਰ ਗੱਲ ਕੁਝ ਹੋਰ ਹੋਣੀ ਸੀ, ਜਿੰਮੀ ਕਹਿੰਦਾ ਦਿਖਾਈ ਬੜੇ ਛੁੱਟੇ ਆਏ ਜਿੰਦਰ ਯਾਰ ਆਇਆ ਹੋਇਆ ਸਾਡਾ, ਕਹਿੰਦਾ ਮੈਂ ਤੁਹਾਨੂੰ ਪਹਿਲੀ ਕਮਾਈ ਤੁਸੀਂ ਸ਼ੁਰੂਆਤ ਤਾਂ ਕਰਾ ਲਓ, ਹਜੇ ਤੈਨੂੰ ਬਹੁਤ ਕੁਛ ਸਾਹਮਣੇ ਕਰਨੇ ਪੈਣੇ, ਅੱਜ ਸੇਮਾ ਵੀ ਆਇਆ ਨਾ, ਪਹਿਲਾਂ ਸਵੇਰੇ ਬੋਲਦੇ ਸੀਗੇ ਨਹੀਂ ਸੇਮਾ ਨੇਗਾ ਮੁੰਡਾ ਕਿਹੜਾ ਹੈਗਾ ਬੋਲ ਰਹੇ ਜੀਵਨ ਜੀਵਨ ਆਦਾ ਉੱਧਰ ਹੀ ਰੱਖੇ ਹੁਣ ਇੱਧਰ ਨਾ ਕਿ ਸਾਹਮਣੇ ਦੇਖੀ ਮੈਚ ਚੋਟੀ ਦਾ ਕਿਤੇ ਖੇਡਿਆ ਜਾ ਰਿਹਾ ਸਾਹਮਣੇ ਦੀਆਂ ਪਹਿਲਾਂ ਬੱਲੇ ਦਾ ਜਸਵੰਤ ਲੈ ਕੇ ਆਇਆ, ਸਤਵੰਤ ਹੈ ਮੇਰੇ ਵੀਰੋ ਚੜ੍ਹਦੇ ਵੱਡੇ ਆ, ਆਓ ਸਤਵੰਤ ਹੈ ਮੇਰੇ ਵੀਰੋ, ਗੱਲ ਕਹਿੰਦੇ ਟਿਕਾਣੇ ਲੱਗੀ ਆ, ਬਾਕੀ ਗੱਲਾਂ ਕਹਿੰਦੇ ਸੁਣੀ ਲੱਗ ਗਈ ਮੇਰੇ ਮਿੱਤਰ ਖੇਡਾਂ ਦੇ ਵਿੱਚ ਗੱਲ ਕੁਝ ਹੋਰ ਕਰ ਗਿਆ ਹੋਰ ਕਹਿੰਦੇ ਸੀ ਵੀ ਤੂੰ ਗੱਲ ਕੁਝ ਹੋਰ ਕਰਾਤੀ ਆ, ਤੇ ਗੱਲਾਂ ਹੁਣ ਉਹਨੇ ਕੁਝ ਹੋਰ ਲੱਗੇ ਹੋਏ ਆ, ਡਰਦੇ ਵੱਡੇ ਹੋੜ ਗਏ ਮੈਚ ਬਾਕੀ ਮੈਚ ਜਿਹੜਾ ਸਿਰੇ ਦਾ ਜਿਹੜਾ ਖੇਡੇ ਜਾ ਰਹੇ ਆ ਹੁੰਡਾ ਸਾਹਮਣੇ ਕਹਿੰਦੇ ਫੈਨ ਪਾਉਣ ਦੇ ਲਈ ਸਰਦਾਰ ਆਹ ਜਿਹੜਾ ਤਿਆਰ ਪਰ ਤਿਆਰ ਹੈ ਵੀ ਪੰਥ ਪੰਥ ਕਟਵਾ ਕੇ ਖੜ ਗਏ ਵਿੱਚ ਕਤਾਰਾਂ ਦੇ ਵੀ ਮੇਰਾ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ ਸਰਦਾਰੀ ਸੰਭੀ ਹੋਈ ਹੈ 40 ਰਨ ਦੇ ਬਾਈ ਦੋ ਛੱਕੇ ਦਾ ਕੈਚ ਛੱਡ ਕੇ ਲੱਗੇ ਲਵੀ ਹਰਮਨ ਦੋ ਛੱਕੇ ਕੈਚ ਛੱਡ ਕੇ ਕਹਿੰਦੇ ਅਰਸ਼ ਕੈਨੇਡਾ ਦਾ ਵੀਰ ਹੈ ਤੇ ਅੱਜ ਕਹਿੰਦੇ ਚੇਤੇ ਤੌਰ ਤੇ ਪੁੱਜਿਆ ਹੋਇਆ ਹੈ ਆਸ਼ਾ ਰਹਿੰਦਾ ਕੈਨੇਡਾ ਦੀ ਧਰਤੀ ਦੇ ਲਵੀ ਮਹਿਕ ਅੱਜ ਸ਼ਾਮ ਨੂੰ ਕੈਥਲ ਦੇ ਲਾਗੇ ਕਰਕੇ ਬਰਸਿਕਰੀ ਦੇ ਵਿੱਚ ਲਵੀ ਸਾਨੂੰ ਰੌਣਕਾਂ ਲੱਗਣਗੀਆਂ ਚਰਚੇ ਕਹਿੰਦੇ ਹੋਣਗੇ ਪਹਿਲਾਂ ਬਈ ਉਹਨੇ ਜੋਟੀ ਪਹੁੰਚੂਗਾ ਗੱਲਾਂ ਹੁੰਦੀਆਂ ਨੇ ਜਦ ਬਈ ਜੋਟੀ
ਤੇ ਜਾਂ ਫਿਰ ਨਾ ਜਾਣਦਾ ਹੈ। ਆਓ ਸਾਹਮਣੇ ਦੇਖ ਲਿਓ ਅਗਲੀ ਵਾਰ ਟੱਪਗੀ 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 ਇਹ ਵੀ ਗੱਲ ਪੱਕੀ ਆ ਛੱਡਿਆ ਦੀ, ਇਹਨੇ ਕਿਸੇ ਨੂੰ ਨੀ ਛੱਡਣਾ, ਆਹ ਛੱਡਿਆ ਸੀ ਇਹਨੇ ਕਿਸੇ ਨੂੰ ਨੀ ਛੱਡਣਾ, ਇਹ ਵੀ ਗੱਲ ਪੱਕੀ ਹੈ। ਇਹ ਲੁਧਿਆਣੇ ਵਾਲਾ ਕਹਿੰਦੇ ਕੁਨਾਲ ਸ਼ਰਮਾ ਉਹ ਧੁਨਾ ਕਹਿੰਦੇ ਤਿਆਰ ਵਰ ਤਿਆਰ ਆ ਮੇਰੇ ਮਿੱਤਰ। ਆਹ ਅੱਜ ਕਹਿੰਦੇ ਕੁਠਾਣੇ ਵਾਲਾ ਕਹਿੰਦੇ ਦਲੀਰ ਦੀ ਖੇਡੂਗਾ ਚੈਨਿਆਂ ਦੀ ਟੀਮ ਲਈ, ਮਹਿੰਦੀ ਸ਼ਰਮਾ ਕਲੱਬ ਚੈਨਿਆਂ ਦੀ ਟੀਮ ਲਈ ਗੱਲਾਂ ਹੋਣਗੇ। ਜਾ ਫਿਰ ਦਿਲਪੀ ਗਿੱਲ ਕਨੇਡਾ ਕਲੱਬ ਬਾਰੇਗਾ, ਆਹ ਗੱਲ ਵਰ ਕਹਿੰਦੇ ਵੱਡੀ ਹੋਊਗੀ। ਆਹ ਲੁਧਿਆਣੇ ਵਾਲਾ ਹੁਣ ਤੇ ਕਮਾਲ ਕਰਤੀ ਹੈ, ਬਾਕੀ ਕਮਾਲ ਕਦੇ ਕਰ ਦਿੱਤੀ ਹੈ। ਬਾਲ ਪਾਉਂਦੇ ਹੀ ਨੌਜਵਾਨ ਜਿਹੜਾ ਫਿਰ ਤੋਂ ਅੱਗੇ ਵੱਲ ਨੂੰ ਕਦੇ ਵੱਧ ਗਿਆ ਮੇਰੇ ਮਿੱਤਰ ਲੁਧਿਆਣੇ ਦਾ ਧੁਨਾ। ਆਹ ਸਮੇਂ ਤਿਆਰ ਆ ਪਰ ਬਾਲ ਕਦੇ ਬੈਠਦੇ ਇਸ਼ਾਰੇ ਉਹ ਜਿਹੜੇ ਨੌਜਵਾਨ ਕਦੇ ਕਰ ਦਿੱਤੇ ਆ, ਜਿਹੜੇ ਹਿਸਾਬ ਨਾਲ ਛੱਕੇ ਮਾਰੀਆਂ ਉਹਦਾ ਮੈਨੂੰ ਲੱਗਦਾ 11,000 ਦਾ ਇੱਕ ਪਾਸੇ ਕਰਕੇ ਰੱਖਦਾ ਹੈ। ਚਰਨੇ ਵੱਡੇ ਆ ਜਿਹੜੀ ਸੀਰੀ ਪਾਸੇ ਰੱਖ ਲੈਣਾ ਆਪਣੇ ਵਾਲਾ, ਚਰਨੇ ਕਿਹੜੇ ਵੱਡੇ ਆਓ ਵਾਰੀ ਵਾ ਹੈਪੀ ਅੱਜ ਤੇ ਕਪਾਲੀ ਕਰੀ ਆਉਂਦਾ ਪਤਾ ਨੀ ਹੋਇਆ ਕੀ ਆ। ਚਰਨੇ ਵੱਡੇ ਧੁਨਿਆ ਆਓ ਸਾਹਮਣੇ ਮੇਰੇ ਵੀ ਜੋ ਕਮਾਲ ਹੋਈ ਪਈ ਹੈ। ਮਾਣ ਮਾਣ ਬਾਈ ਮਾਣ ਕਦੇ ਕਮਾਲ ਜਿਹੜੀ ਹੋਈ ਪਈ ਹੈ, ਇੱਧਰ ਬਾਲਾ ਪਾਉਂਦੇ ਨੀ ਕਦੇ ਖਿਡਾਰੀ ਜਿਹੜਾ ਆਓ ਫਿਰ ਤੋਂ ਕਦੇ ਤਿਆਰ ਵਰ ਤਿਆਰ ਹੈ। ਆਓ ਸਾਡੇ ਵੀਰਾਂ ਦਾ ਕਦੇ ਬਹੁਤ ਬੜਾ ਧੰਨਵਾਦ ਹੈ ਜਰਨੈਲ USA ਜੀ, ਨਾਲ ਕਦੇ ਬਲਦੇਵ USA ਜੀ, ਰਮਨ ਕੈਨੇਡਾ ਵਰਗੇ, ਹਰਮਨ ਕੈਨੇਡਾ, ਹਰਮਨ ਸਿੱਧੂ ਕੈਨੇਡਾ ਵਰਗੇ, ਨਾਲ ਕਦੇ ਰਾਜ ਵਿੰਦਰ ਮੱਲੀ ਵੀਰ ਨੇ ਸਾਡੇ, ਨਾਲ ਕਦੇ ਬਬਲੂ ਵਰਗੇ ਭਰਾ ਸਾਡੇ, ਅੱਜ ਵਧਾ ਕਦੇ ਖੇਡ ਮੇਲਾ ਉਹ ਜਿਹੜਾ ਖੇਡਿਆ ਜਾ ਰਹੇ ਹੈ, ਨਾਲ ਕਦੇ ਜਿੰਨੇ ਵੀ ਸਹਿਯੋਗੀ ਸੱਜਣਾ ਸਾਰੇ ਵੀਰਾਂ ਦਾ ਕਦੇ ਬਹੁਤ ਵੱਡਾ ਜਿਹੜਾ ਧੰਨਵਾਦ ਕਦੇ ਕਰ ਰਹੇ ਹਾਂ। ਪਰ ਬਾਲ ਪੈ ਗਈ ਉਹ ਸਾਹਮਣੇ ਸਾਹਨੇ ਵਾਲੀ ਹੈ, ਉਹ ਸਾਹਨੇ ਵਾਲੀ ਹੈ ਮੇਰੇ ਮਿੱਤਰ ਖੇਡ ਮੈਦਾਨ ਦੇ ਵਿੱਚ ਹੈਪੀ ਕਦੇ ਆਊਟ ਹੋ ਗਈ ਵਾਪਸ ਹੈ ਮੇਰੇ ਮਿੱਤਰ। ਹਰਪਣਾ ਤੂੰ ਤੇ ਮੈਚ ਵੀ ਨੀ ਖੇਡਿਆ ਕੋਈ ਕੈਨੇਡਾ ਸੋਹਣੇ ਵੀਰ, ਪਰ ਕੈਦ ਨੀ ਕੋਈ ਵੀ ਛੱਡਿਆ ਵੀ ਹਰਮਨ ਲਈ ਤਾਰੀ ਮਾਰੋ ਯਾਰ ਜ਼ੋਰ ਦੇਣੇ ਮੇਰੇ ਵੀਰੋ, ਜਿੰਨਾ ਕਹਿੰਦੇ ਟਿਕਾਣੇ ਆ ਯਾਰ ਦੇ ਵੱਡੇ ਉੱਥੇ ਦੇ ਕੰਮ ਦੋ ਹੀ ਹੋ ਗਏ ਹਰਪਣਾ, ਤੇ ਸਵੇਰੇ ਫੋਨ ਕਰ ਲੋ ਜੀ ਕਿੱਥੇ ਕੰਮ ਰਿਹਾ, ਫੇਰ ਕਹਿ ਲੋ ਸ਼ਾਮੀ ਕੰਮ ਦੋ ਆਉਂਦੇ ਆ, ਜਾਂ ਚੱਲਿਆ ਗੱਲਾਂ ਦੋ ਹੁੰਦੀਆਂ ਨੇ, ਪਰ ਜੇ ਮਿਹਨਤ ਕਰਦੇ ਮੇਰੇ ਵੀਰ ਤੇ ਇਹਨਾਂ ਰਹੀਆਂ ਦੇ ਸਿਰ ਤੇ ਮੇਰੇ ਵੀਰੋ ਵੱਡੇ ਮੇਲੇ ਕਰਵਾਏ ਜਾਂਦੇ ਆ। ਆਓ ਸਾਰੀ ਕਹਿੰਦੇ ਭਰਮ ਦਾ ਧੰਨਵਾਦ ਕਰਦਾ ਮੈਂ, ਲੈ ਵੀ ਯਾਰ ਅੱਜ ਦੇ ਮੇਲੇ ਲਈ ਇੱਕ ਤਾੜੀ ਯਾਰ ਇਹਨਾਂ ਦੀ ਵੀਰਾਂ ਦੀ ਜ਼ੋਰਦਾਰ ਮਾਰਦੇ ਮੇਰੇ ਵੀਰੋ, ਬਾਕੀ ਜ਼ੋਰਦਾਰ ਤਾੜੀ ਵੀਰੇ ਇਹਨਾਂ ਦੀ ਵੀਰਾਂ ਦੇ ਨਾਲ ਦੇ ਵਜਣੀ ਚਾਹੀਦੀ ਹੈ ਵੀ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ, ਹਰ ਮਾਂ ਦਾ ਪੁੱਤ ਕਮਾਊਗਾ, ਮਿਹਨਤਾਂ ਕਦੇ ਨਜ਼ਰ ਨੇ ਕੀਤੀਆਂ ਤੇ ਖੇਡ ਮੇਲਾ ਕਦੇ ਫਿਰ ਕਰਾਉਣ ਆ ਗਿਆ ਵਿੱਕੀ ਆ ਗਿਆ ਮੁੰਡਾ ਪੰਡਤਾਂ ਆ ਗਿਆ ਪੰਡਤ ਆ ਗਿਆ ਪੰਡਤ ਆ ਗਿਆ ਹੁਣ ਮੈਨੂੰ ਆਉ ਲੱਗਦਾ ਵੀ ਸਾਹਮਣੇ ਵੀ ਆਓ ਪੰਡਤ ਪੰਡਤ ਵੀ ਸੱਪ ਨੂੰ ਸੱਪ ਲੜੇ ਚਾਰ ਦੱਸੋ ਫਿਰ ਕਿਹਨੂੰ ਚੜੇ ਉਹਦੇ ਸ਼ਰਮੇ ਨੂੰ ਸ਼ਰਮਾ ਟੱਕਰ ਗਿਆ ਹੁਣ ਤੇ ਪੰਡਤ ਨੂੰ ਪੰਡੇ ਟੱਕਰ ਸ਼ਰਮਾ ਟੱਕਰ ਗਿਆ ਫਾਈਨਲ ਕਰ ਗਿਆ ਕਦੇ ਗੱਲਾਂ ਦੋ ਬਣ ਸਕਦੀਆਂ ਆਓ ਚਰਚੇ ਕਦੇ ਹੋਣਗੇ ਮੇਰੇ ਮਿੱਤਰੋ ਵਿੱਕੀ ਨੇ ਪਾਲ ਪਾਉਣੀ ਹੈ ਪਰ ਮੁੰਡਾ ਪੰਡਤਾਂ ਦਾ ਸਾਹਮਣੇ ਹੋਵੇਗਾ ਮੇਰੇ ਮਿੱਤਰੋ ਲੁਧਿਆਣੇ ਵਾਲਾ ਆਓ ਸਾਹਮਣੇ ਕਹਿੰਦੇ ਧੁਨਾ ਮੁੰਡਾ ਪੰਡਤਾਂ ਦਾ 91 ਪਿੰਡ ਦਾ ਮੁੰਡਾ
ਪੰਡਤਾਂ ਦਾ ਪਾਲਾ ਪਾਵੇਗਾ ਮੇਰੇ ਮਿੱਤਰ ਤੇ ਟੱਕਰ ਹੁਣ ਟੱਕਰ ਚੋਟੀ ਦੀ ਮੈਚ ਕਦੇ ਬੜਾ ਚੋਟੀ ਦਾ ਜਿਹੜਾ ਖੇਡੇ ਜਾ ਰਹੇ ਮੇਰੇ ਮਿੱਤਰ ਹਾਂਜੀ ਫਾਰਚੂਨਰ ਜੀ ਕਿਆ ਗੱਲ ਹੋ ਗਈ ਬਾਲਾਂ ਚਾਹੀਦੀਆਂ ਦੱਸ ਕਰ ਛੋਟੇ ਵੀਰ ਤੂੰ ਤੇ ਧੁੰਦੇ ਨਾਲ ਪਿਆਰੀ ਵਾਲਾ ਪਾ ਲਿਆ ਬਿਜਲੀ ਆ ਗਿਆ ਬਾਈ ਸਲੀਮ ਸਲੀਮ ਪਾਲਾ ਜਾ ਕੇ ਬਾਹਰ ਕਰ ਲਈ ਸੋਹਣੇ ਵੀਰ 91 4-35 ਬਈ ਕਰੀਏ ਮੈਂ ਸ਼ੁਰੂ ਬਹੁਤ ਸਮਾਂ ਲੱਗ ਗਿਆ ਵੀਰੇ 91 ਕਰ ਲਈਏ ਮੈਂ ਸ਼ੁਰੂ ਵੀਰੇ 91 ਪਿੱਕੀ ਪੰਡਤ ਵਾਲਾ ਪਾਉਂਦਾ ਖੇਡ ਮੈਦਾਨ ਦੇ ਵਿੱਚ ਹਰ ਸਾਹਮਣੇ ਕਿਤੇ ਲੁਧਿਆਣੇ ਵਾਲਾ ਕਸੂਰ ਵੀ ਕੋਈ ਨਾ ਵੀ ਹਰਮਣਾ ਹੋ ਜਾਂਦਾ ਛੱਡੇ ਜਾਂਦੇ ਕਰੋ ਬਾਕੀ ਐਨ ਗਲਤੀਆਂ ਕਦੇ ਕੀਤੀਆਂ ਵੱਡੀਆਂ ਗਲਤੀਆਂ ਕਦੇ ਕਦੇ ਕੈਚ ਕਦੇ ਚੌਕੇ ਆਹ ਗੱਲਾਂ ਕਦੇ ਹੋਈਆਂ ਕਦੇ ਛੱਕੇ ਵਜੇ ਕੈਚ ਛੱਡ ਕੇ ਤੇ ਕਦੇ ਚੌਕੇ ਲੰਘੇ ਮੇਰੇ ਮਿੱਤਰ ਪਰ ਸਾਹਮਣੇ ਦੇਖੀਏ ਵਿੱਕੀ ਪੰਡਤ ਮੇਰੇ ਮਿੱਤਰ ਮੈਂ ਕਦੇ ਕੋਲੇ ਜਾ ਕੇ ਪੁੱਛੀਏ ਤੂੰ ਤੇ ਛੱਕਾ ਮਾਰਿਆ ਹਾਂ ਵਿੱਕੀ ਕਹਿੰਦੇ ਨੇੜੇ ਮੁੜਿਆ ਚਰਜੇ ਵੱਡੇ ਆ ਗੱਲਾਂ ਹੋਣ ਗਿਆ ਜੇ ਕਿਤੇ ਨੇ ਤੈਨੂੰ ਆਊਟ ਕਰ ਲਿਆ ਤੇ ਲੋਟ ਇਹਨੇ ਵੀ ਨਹੀਂ ਆਉਣਾ ਗੱਲ ਪੱਕੀ ਆ ਵੀ ਕੀ ਪਰ ਵਿੱਚ ਇੱਕ ਦੀ ਯਾਰ ਕਰ ਪਾ ਰਹੇ ਤਗੜਾ ਹੋ ਜਾ ਥੋੜਾ ਛੋਟਾ ਕੀਤਾ ਅਗਲੀ ਬਾਲ ਬਾਕੀ ਅੱਜ ਦੇ ਮਾਮਦਪੁਰ ਦੇ ਵਿੱਚ ਸਿਰਾ 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 ਹੋ ਗਿਆ ਸਿਰਾ ਹੋ ਗਿਆ ਸ਼ਗਨ ਨੂੰ ਵੀ ਕਹਿੰਦੇ ਦੋ ਤਿੰਨ ਜਣੇ ਘੇਰ ਕੇ ਲਿਆਉਂਦੇ ਅੱਜ ਕੱਲ ਵੱਡੀ ਮਾਮੇ ਵੱਡੇ ਮੇਲੇ ਨੇ ਮੇਰੇ ਵੀਰੋ ਐਕਸ਼ਨ ਕਿੰਗ ਆਇਆ ਹੋਇਆ ਗੱਲਾਂ ਦੇ ਹੋਣਗੇ ਅੱਜ ਕਰਾਊਗਾ ਉਹ ਚਾਣੇ ਲੱਗੇ ਨਾ ਵੀ ਐਕਸ਼ਨ ਅੱਜ ਕਰਾਓ ਲੈ ਸ਼ਗਨ ਤਗੜਾ ਹੋ ਜਾ ਆਹ ਗੱਲਾਂ ਹੋਣਗੀਆਂ ਮੈਨੂੰ ਲੱਗਦਾ ਵੀ ਪਰਸੋਂ ਦੀ ਵੱਡੀ ਭਾਜੀ ਚਾੜੀ ਹੋਈ ਹੈ ਵਾਰਨਰ ਨੇ ਸਿਰ ਤੇ ਅੱਜ ਕਹਿੰਦਾ ਵੀ ਗੱਲਾਂ ਟਿਕਾਣੇ ਲਾਊਂਗਾ ਬਾਕੀ ਗੱਲਾਂ ਕਦੇ ਵੱਡੀਆਂ ਮੇਰੇ ਮਿੱਤਰੋ ਵਿੱਕੀ ਨੇ ਕਿਤੇ ਆ ਟੋਟ ਪੈ ਗਈ ਤੂੰ ਮੇਰੇ ਕੋਲੋਂ ਮੁੜਨਾ
ਪਰ ਜੇ ਛੱਕਾ ਵੱਟ ਗਿਆ ਸੋਹਣੇ ਵੀਰ ਪੁਰੋਹਿਤ ਦੀ ਬੁੜਿਆ ਲਓ ਸਾਹਮਣੇ ਅਗਲੀ ਬਾਲ ਆਓ ਸਾਹਮਣੇ ਕਹਿੰਦੇ ਧੁੱਪਾ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਅਗਲਾ ਸੈਮੀ ਸਾਨੇਪੁਰ ਤੇ ਕਠਾਲੇ ਦਾ ਡਾਊਟ ਹੋਈ ਆ ਬਾਈ ਬੋਲਦਾ ਦਿੱਤਾ ਮੈਨੂੰ ਡਾਊਟ ਹੁਣ ਤੇ ਮੈਨੂੰ ਲੱਗਦਾ ਹਾਂ ਕੈਰ ਛੱਡੇ ਗਏ ਕਿੰਨੇ ਹੋ ਗਏ ਦੱਸ ਦੀ ਮੈਨੂੰ 22 ਰਨ ਆ ਗਏ ਇਹਨੂੰ ਯਾਰ ਪੈਸੇ ਵਾਲੇ ਦੇ ਰੋਟੀ ਮਟਰ ਪਨੀਰ ਨਾਲ ਖਾ ਲਵੇ ਤੇ ਲੱਗਣੀ ਵੀ ਕਿ ਆਪਾਂ ਨੂੰ ਮੂੰਗੀ ਹੈ ਸੁਣੇ ਵੀਰ ਜਿਹੜੇ ਹਿਸਾਬ ਦੇ ਨਾਲ ਉਹਨੇ ਹੱਲ ਕੀਤਾ ਚੜ੍ਹਦੇ ਵੱਡੇ ਹੈ ਕਿਹਦੇ ਕੋਲੋਂ 92 130 ਬਣ ਗਏ ਅਰਸ਼ੀ ਕਠਾਲਾ ਜੀ ਅਰਸ਼ੀ ਕਠਾਲਾ ਜੀ 37 ਨੂੰ ਬੈਠ ਰਹੇ ਜੋ ਮੇਰਾ ਵੀਰ ਗੋਲਡੀ ਕਾਕਾ ਸ਼ੇਪੁਰੀ 8 ਹੈਪੀ 8 ਲੈ ਵੀ ਮੈਨੂੰ ਆਉਣ ਲੱਗ ਰਿਹਾ ਸੋਨੂ ਜਿਵੇਂ ਤੂੰ ਮੇਰੇ ਕੱਲੇ ਨੇ 92 ਰਨ ਹੋਣ ਜੇ 92 ਨੇ ਇੱਕ ਵਾਰੀ ਹੱਥ ਖੜਾ ਕਰਦੀ ਸੋਹਣੇ ਵੀਰ ਸਟੋਰ ਵਾਲਿਆ ਲੈ ਵੀ 92 ਰਨ ਕੱਲੇ ਲੁਧਿਆਣੇ ਵਾਲੇ ਨੇ ਵੀ 3-4 ਕੈਚ ਛੱਡੇ ਇੱਕ ਵਾਰੀ ਤਾੜੀ ਤੇ ਮਾਰੋ ਘੁੰਮੇ ਦੇ ਰਹੀ ਤੰਨੇ ਬਲੈਕੀ ਵਾਹ ਜੀ ਵਾਹ ਲੈ ਵੀ ਹੈਪੀ ਫੋਟੋ ਵੇਖ ਲੈ ਸੋਹਣੇ ਵੀਰ ਵੀਰ ਖੜਾ ਉੱਧਰ ਖਾਲਸਾ ਜੀ ਟੀਵੀ ਵਾਲੇ ਬੌਲ ਹੀ ਰਹੀ ਕੁਛ ਨੀ ਰਹੀ ਜੋਤ ਵੀਰੇ ਕਿੱਥੇ ਹੈ ਪਾਣੀ ਲਵੀਰ ਇੱਧਰ ਸਟੇਜ ਤੇ ਨਾ ਜਾਣਾ ਸਟੇਜ ਤੇ ਆ ਜਾਣਾ ਜਾਣਾ ਇੱਕ ਗੱਲ ਹੈ ਮੇਰੇ ਵੀਰ ਅੱਜ ਬਹਾਦਪੁਰ ਵਾਲਿਆਂ ਨੇ ਵਧੀਆ ਬਾਲ ਪਾਈ ਹੈ ਮੇਰੇ ਵੀਰੇ ਤੇ ਤਾਂ ਹੀ ਉਹਦੀ ਗੱਲ ਇੱਥੇ ਤਾਂ ਗਈ ਹੈ ਪਰ ਹਲੇ ਪਤਾ ਗੁਜ਼ਰੀ ਜੇ ਕਿਤੇ ਭੁੱਚੋ ਵਾਲਾ ਹੱਲ ਗਿਆ ਤੇ ਹੱਲ ਇਹ ਸਾਹਮਣੇ ਵਾਲਿਆਂ ਵੀ ਕਰ ਸਕਦਾ ਕੋਈ ਵੱਡੀ ਗੱਲ ਨੀ ਕ੍ਰਿਕਟ ਦੀ ਖੇਡ ਹੈ ਮੇਰੇ ਵੀਰੋ ਪਰ ਦੋ ਉਮਰ ਕਹਿੰਦੇ ਸ਼ੇਪਰੀ ਵਾਲਾ ਪਾਊਗਾ ਤੇ ਗੱਲਾਂ ਕਹਿੰਦੇ ਹੋਣਗੀਆਂ ਮੇਰੇ ਕੋਲ 96 ਬਣਦੇ ਆ ਇੱਕ ਓਵਰ ਹੈਪੀ ਦਾ ਇੱਕ ਧੁੰਨੇ ਦਾ ਇੱਕ ਵਾਸ਼ੂ ਦਾ ਇੱਕ ਚੈੱਕ ਕਰੋ ਬਈ ਡਮਰੇ ਦਾ ਮਤਲਬ 92 ਬਣੇ ਆ ਤੂੰ ਚੈੱਕ ਕਰ ਲਾਣੇ ਵਾਲਾ ਕਹਿੰਦੇ ਅਰਸ਼ੀ ਪਰਵਿੰਦਰ ਸਿੱਧੂ ਕਹਿੰਦੇ ਜਾ ਵਸੇ ਵਿੱਚ ਕਹਿੰਦੇ ਵਿਦੇਸ਼ਾਂ ਦੇ ਮੇਰੇ ਮਿੱਤਰ ਗੋਲਡੀ ਦਾ ਯਾਰ ਆਹ ਵਿਦੇਸ਼ਾਂ ਦੇ ਵਿੱਚ ਕਹਿੰਦੇ ਜਾ ਵਸੇ ਕਹਿੰਦੇ ਦਿਲਜੋਤ ਦੀਆਂ ਗੱਲਾਂ ਮੇਰੇ ਮਿੱਤਰ ਆਹ ਮੁੰਡੇ ਕਹਿੰਦੇ ਗੋਲਡੀ ਵਰਗੇ ਹੈਪੀ ਵਰਗੇ ਬਾਸ਼ੂ ਵਰਗੇ ਸਾਹਮਣੇ ਵਰਗੇ ਮੁੰਡੇ ਅੱਜ ਪੁੱਜੇ ਹੋਏ ਆ ਬਹੁਤ ਵੱਡਾ ਕਹਿੰਦੇ ਧੰਨਵਾਦ ਕਰਦੇ 3 ਤਰੀਕ ਉਹ ਜਿਹੜੀ ਡਾਊਨ ਸਾਹਿਬ ਦੇ ਕਹਿੰਦੇ ਮੇਲੇ ਦੀ ਜਿਹੜੀ ਖੇਡੀ ਜਾਣੀ ਹੈ ਮੇਰੇ ਮਿੱਤਰ ਭਰਾ ਸਾਡੇ ਕਹਿੰਦੇ ਵੀ ਵੱਡਾ ਮੇਲਾ ਸੀਸ ਡਾਊਨ ਸਾਹਿਬ ਵਰਗੇ ਬਾਊਵੀ ਡਾਊਨ ਸਾਹਿਬ ਵਰਗੇ ਭਰਾ ਸਾਡੇ ਉਹ ਸੱਦੇ ਕਹਿੰਦੇ ਲਾਉਂਦੇ ਆ ਮੇਰੀ ਬੇਨਤੀ ਹੈ ਵੀਰੇ ਫਿਲ ਜਿਹੜੀ ਸੈਟ ਕਰ ਲਾਂਗੇ
ਆਓ ਪਹਿਲੇ ਵਾਲੀ ਸ਼ੁਰੂਆਤ ਕਹਿੰਦੇ ਸਹਿਣੇ ਜਿਆਦਾ ਹੈਪੀ ਮੇਰੇ ਮਿੱਤਰ ਆਓ ਨਈਆਂ ਕਹਿੰਦੇ ਆ ਗਏ ਹੈ ਇੱਕ ਵੱਡਾ ਨਾਮ ਹੈ ਸਾਡੀ ਕ੍ਰਿਕਟ ਦਾ ਜਿਹੜੇ ਮੁੰਡੇ ਨੇ ਕਹਿੰਦੇ ਬਾਲਾ ਕਰਨੀ ਹੈ ਤੇ ਪੈ ਰਹਿ ਦੇਣਗੇ ਵੀਰੇ ਕੋਈ ਨੀ ਤਲਵੀਰ ਕਿੱਥੇ ਚੱਲਿਆ ਗਿਆ ਅਗਲਾ ਮੈਚ ਨਹੀਂ ਰਵੀ ਬਹੁਤ ਧਿਆਨ ਰੱਖੀ ਕਿਤੇ ਬਾਟ ਸਲੀਮ ਵਾਲੀ ਨਾ ਹੋ ਜੇ ਚਾਰ ਜੇ ਵੱਡੇ ਕਿਤੇ ਮਾਸਟਰ ਸਲੀਮ ਵਾਲੀ ਨਾ ਹੋ ਜੇ ਆਹੋ ਸਾਹਮਣੇ ਕਹਿੰਦੇ ਆਸ਼ੀ ਕੋਠਾਏ ਦਾ ਉਸਤਾਦ ਹੈ ਕਹਿੰਦੇ ਮਾਸਟਰ ਸਲੀਮ ਮੇਰੇ ਵੀਰੋ ਚਾਰ ਜੇ ਵੱਡੇ ਹੁੰਦੇ ਆ ਕਾਉਂਟੀ ਵਾਲਾ ਆਇਆ ਹੋਇਆ ਤੇ ਗੱਲਾਂ ਕਹਿੰਦੇ ਹੋਣ ਗਈਆਂ ਅੱਜ ਇਹ ਲੜਦਾ ਜਾਂ ਫਿਰ ਇਹਦੀ ਸਿਰੀ ਕੁੱਟਦੇ ਆ ਓਏ ਤੇ ਗੱਲਾਂ ਕਹਿੰਦੇ ਹੋਣਗੀਆਂ ਜ਼ਰੂਰ ਮੇਰੇ ਵੀਰੋ ਵਾਹਿਗੁਰੂ ਕਰੀਏ ਮੈਚ ਸ਼ੁਰੂ ਮੇਰੀ ਬੇਨਤੀ ਹੈ ਭਰਾ ਬਣੇ ਅੰਪਾਇਰ ਜਿਹੜੇ ਆ ਜਾਣਗੇ ਵੀਰੇ ਹੈਪੀ ਅੰਪਾਇਰਾਂ ਕਰਕੇ ਮੈਚ ਖੇਡ ਅੱਛਾ ਅੰਪਾਇਰ ਨਹੀਂ ਆਏ ਕੁਲਵੀਰ ਹੋਣੀ ਕੁਲਵੀਰ ਤੋਰਾ ਜੀ ਕੁਲਵੀਰ ਆ ਜਾਓ ਮੇਰਾ ਵੀਰ ਕਿੱਥੇ ਹੋ ਕਿੱਥੇ ਵਾਸ਼ੂ ਨੌਜਵਾਨ ਇਹ ਨਹੀਂ ਕੰਮ ਚੱਲਣਾ ਲੈ ਵੀ ਅਰਸ਼ੀ ਕਠਾਲਾ ਜਾਊਗਾ ਅਰਸ਼ੀ ਜਾਈ ਭੱਜ ਕੇ ਅਰਸ਼ੀ ਦੇ ਦਰਦ ਹੀ ਬਹੁਤ ਹੈ ਲੈ ਵੀ ਪੈਰ ਨੀ ਆਇਆ ਕੋਈ ਹਜੇ ਤੱਕ ਬੰਦਾ ਉਹਦਾ ਪਾਉ ਗਿਆ ਕਮਲ ਗਿਆ ਕਮਲ ਪੈਰੀ ਕਰੇਗਾ ਬਸ ਠੀਕ ਹੈ ਆਪਣੇ ਖਾਨ ਦਾ ਆਪ ਜ਼ਿੰਮੇਵਾਰ ਸੁਣ ਵੀਰ ਹਾਂ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਚੱਲ ਜੇ ਵੱਡੇ ਆ ਭਾਵੇਂ ਮੱਖਰ ਦੇ ਕੋਲੋਂ ਆ ਕੇ ਬੜੇ ਲਵੀ ਕਮਲ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸੁਣੇ ਵੀਰ ਲੈ ਵੀ ਕਰ ਲਓ ਮੈਚ ਸ਼ੁਰੂ ਮੇਰਾ ਵੀਰ ਡਮਨ ਖੜੋ ਮੇਰਾ ਵੀਰ ਪੈਰ ਆ ਗਏ ਦੋਵੇਂ ਤੇ ਮੈਚ ਸ਼ੁਰੂ ਕਰ ਦਈਏ ਤੇ ਚਰਦੇ ਕਹਿੰਦੇ ਵੱਡੇ ਹੋੜ ਗਏ ਆਹੋ ਸਾਹਮਣੇ ਮੇਰੇ ਵੀਰ ਕਹਾਣੀ ਕਹਿੰਦੇ ਟਿਕਾਣੇ ਆ ਲੈ ਵੀ ਮੈਂ ਕੋਈ ਸਟੇਜ ਤਿਆਰੀ ਮੇਰਾ ਵੀਰ ਮੈਂ ਕੋਈ ਬਈ ਵਾਲੀ ਭਰਾ ਸਾਡਾ ਪਹੁੰਚਿਆ ਹੋਇਆ ਤੇ ਨਾਲ ਕਹਿੰਦੇ ਵਾਲੀਬਾਲ ਦਾ ਉੱਪਰ ਦਾ ਕਹਿੰਦੇ ਟੌਪ ਦਾ ਖਿਡਾਰੀ ਹੈ ਸਾਨੂੰ ਕਹਿੰਦੇ ਬਈ ਵਾਲੀ ਸਨੈਪਚੈਟ ਕਹਿੰਦਾ ਆਇਆ ਹੋਇਆ ਮੇਰੇ ਵੀਰੋ ਚਰਦੇ ਕਹਿੰਦੇ ਵੱਡੇ ਹੁੰਦੇ ਨੇ ਲੈ ਵੀ ਕਰ ਲਈਏ ਮੈਚ ਸ਼ੁਰੂ ਆਪਾਂ ਵਾਕਈ ਕਰੀਏ ਮੈਚ ਸ਼ੁਰੂ ਮੇਰੀ ਬੇਨਤੀ ਹੈ ਭਰਾ ਬਣੇ ਸਾਰੇ ਵਾਲੀ ਧਰਤੀ ਦਾ ਕਹਿੰਦੇ ਹੈਪੀ ਬਾਲ ਪਾਉਣ ਦੇ ਲਈ ਨਾਜਨ ਜਿਹੜਾ ਤਿਆਰ ਪਰ ਤਿਆਰ ਹੈ ਲੈ ਵੀ ਜੇ ਨਾਮ ਨਪੁਰੀਏ ਮੁੰਡੇ ਜਿੱਤਣਗੇ ਅੰਗਰੇਜ਼ ਕੈਨੇਡਾ ਦੇ ਨਾਲ ਦਿਲਪ੍ਰੀਤ ਕੈਨੇਡਾ ਉਹ ਭਰਾ ਕਹਿੰਦੇ ਵੀ $100 ਦੇ ਰਹੇਗੇ ਮੇਰੇ ਵੀਰੋ $100 ਦੇ ਨਾਲ ਵੱਡੇ ਮਾਰ ਹੋਣਗੇ ਹੈਪੀ ਦੀ ਬਾਲ ਤੇ ਪੁੱਛੋ ਵਾਲਾ ਮੈਨੂੰ ਲੱਗਦਾ ਵੀ ਨਾਗ ਨੂੰ ਜਿਵੇਂ ਮਣੀ ਮਲਜੀ ਲੱਗਦੀ ਆ ਆਹ ਨਾਗ ਕਹਿੰਦੇ ਵੇਰਿਆ ਹੋਇਆ ਆਹ ਗੱਲਾਂ ਕਹਿੰਦੇ ਹੁੰਦੀਆਂ ਨੇ ਚਰਚੇ ਕਹਿੰਦੇ ਵੱਡੇ ਆ ਮੇਰੇ ਵੀਰੋ ਖਿੜਦਾ ਹੀ ਜਾਂਦਾ ਆਓ ਬਾਕੀ ਕਦੇ ਗੱਲਾਂ ਟਿਕਾਣੇ ਜਿਹੜੀਆਂ ਲੱਗੀਆਂ ਹੋਈਆਂ ਨੇ ਨਜ਼ਰ ਆ ਰਿਹਾ ਮੁੰਡਾ ਪਰ ਸਾਹਮਣੇ ਕਹਿੰਦੇ ਭੁੱਚ ਦੇ ਬਲੈਕੀ ਨੇ ਆਹ ਬੱਲੇ ਬੱਲੇ ਕਦੇ ਕਰਵਾ ਦਿੱਤੀ ਹੈ ਪਹਿਲੀ ਬਾਲ ਦੇ ਉੱਤੇ ਛੱਕਾ ਕਦੇ ਟਾਪਦਾ ਜਿਹੜਾ ਭੱਜ ਗਿਆ ਤੇ ਕਹਿ ਸਕਦੇ ਵੀ 17
ਛਿੱਕੇ ਜਿਹੜੇ ਮਾਰਨੇ ਪੈਣੇ ਨਜ਼ਰ ਨੇ ਹਰਮਨ ਕੈਨੇਡਾ ਵਰਗੇ ਭਰਾ ਸਾਡੇ ਕਹਿ ਸਕਦੇ ਵੀ ਅੱਜ ਬੜਾ ਚੋਟੀ ਦਾ ਕਹਿੰਦੇ ਖੇਡ ਮੇਲਾ ਜਿਹੜਾ ਕਰਾਇਆ ਜਰਨੈਲ ਸਿੰਘ ਜੀ ਯੂ ਐਸ ਏ ਦੇ ਭਰਾ ਸਾਡੇ ਬਲਦੇਵ ਸਿੰਘ ਜੀ ਯੂ ਐਸ ਏ ਬੁੱਲੇ ਹਾਓ ਹਾਓ ਇੱਥੇ ਰੱਖ ਸਿਰੇ ਦੀ ਪਾ ਗਿਆ ਵੀ ਅੱਜ ਸਾਨੂੰ ਹੁਣ ਆਏ ਹੋਇਆ ਸਾਨੂੰ ਤਾਂ ਛੋਟਾ ਵੀਰਾ ਫਿਰ ਜੀ ਵੱਡੇ ਆ ਤੇ ਗੱਲਾਂ ਕਹਿੰਦੇ ਹੁੰਦੀਆਂ ਨੇ ਗੱਲਾਂ ਕਦੇ ਹੁੰਦੀਆਂ ਪਰ ਸਾਹਣੇ ਆਉਂਦਾ ਹੈਪੀ ਮੇਰੇ ਮਿੱਤਰ ਅੱਗੇ ਪੰਜ ਨੂੰ ਕਹਿੰਦੇ ਨਜ਼ਰ ਵਾਲੀ ਹੈ ਇੱਧਰ ਪੈਗੀ ਸੀ ਬਾਲ ਹੱਲ ਗਿਆ ਸ਼ਿਕੰਦਰ ਆਇਆ ਹੋਇਆ ਗੱਲਾਂ ਕਹਿੰਦੇ ਹੁੰਦੀਆਂ ਨੇ ਆਰ ਮਤਲਬ ਲੀਗ ਖੇਡ ਗਿਆ ਫਿਰ ਜੇ ਵੱਡੇ ਵਾਲੀ ਤੇ ਲੀਗਾਂ ਦਾ ਬਾਦਸ਼ਾਹ ਮਨੀ ਯੂਕੇ ਕਰ ਦੋ ਸ਼ੇਅਰ ਕਰ ਦੋ ਬਾਈ ਸਾਰੇ ਭਰਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਮਨੀ ਯੂਕੇ ਉਹਨਾਂ ਦੇ ਸਾਰੇ ਸਪੋਰਟ ਦੇ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਦਿਲਕਿਤ ਕੈਨੇਡਾ ਉਹਨਾਂ ਦੇ ਸਾਰੇ ਸਪੋਰਟ ਦੇ ਆ ਬਹੁਤ ਬਹੁਤ ਧੰਨਵਾਦ ਆ ਹਾਂ ਪੁੱਛੋੜਾ ਪੁੱਛੋੜੇ ਹਾਏ ਮੇਰੇ ਰੱਬਾ ਹਾਏ ਆਓ ਸਾਹਮਣੇ ਦੇਖੀਏ ਰਣ ਕੇ ਇੱਕ ਤੋਂ ਦੋ ਜਿਹੜੇ ਜਾ ਜੁੜੇ ਆ ਉਧਰ ਹਰਮਨ ਸਿੱਧੂ ਕੈਨੇਡਾ ਦੇ ਫਾਦਰ ਸਾਹਿਬ ਪੁੱਜੇ ਆ ਉਹਨਾਂ ਦਾ ਵੀ ਕਹਿੰਦੇ ਬਹੁਤ ਵੱਡਾ ਕਿਤੇ ਧੰਨਵਾਦ ਹੈ ਦੇ ਉਸ ਸਮੇਂ ਜਿਸ ਸਮਾਂ ਕੱਢ ਕੇ ਸਾਡੇ ਦਰਮਿਆਨ ਕਿਤੇ ਪੁੱਜਿਆ ਜਿਹਦੀ ਅਭਿਮਾਨ ਦੇ ਵਿਸ਼ੇਸ਼ੀਅਤ ਹੈ ਸਾਡੇ ਦਰਮਿਆਨ ਬੋਲੀਆਂ ਜਾਂਦੀਆਂ ਆਹ ਗੱਲਾਂ ਕਹਿੰਦੇ ਹੋੜ ਗਿਆ ਲਾਵੀ ਸ਼ਿਵਪੁਰੀਆ ਨੂੰ ਤੇ ਪਾਲਾ ਪੌੜੀਆਂ ਬੜੀਆਂ ਹੋੜ ਕੇ ਨੂੰ ਛੱਡ ਦੇ ਚਰਜੇ ਵੱਡੇ ਆ ਹੁਣ ਇਹਦਾ ਕੰਮ ਨੂੰ ਬਾਹ ਮੁੱਕ ਮਾਰਾ ਪੁੱਛਵਾਲਾ ਵੇਹ ਰਿਹਾ ਫਿਰਦਾ ਮੈਨੂੰ ਲੱਗਦਾ ਵੀ ਇਹਨੇ ਡੀਲਾ ਕਰਨ ਨੂੰ ਫਿਰਦਾ ਤੇ ਗੱਲਾਂ ਹੋੜ ਗਿਆ ਆਹ ਸਮੇਂ ਮੇਰੇ ਵੀਰੇ ਹੈਪੀ ਦੀ ਅਗਨੀਬਾਨ ਤੇ ਡਬਲ ਆ ਗਿਆ ਸੌ ਗਿਆ ਬਾਕੀ ਭੋਚੋ ਵਾਲਾ ਕਹਿੰਦੇ ਬਲੈਕੀ ਮੋੜ ਦਿੱਤਾ ਮੇਰੇ ਮਿੱਤਰ ਵੀ ਰੱਬਾ ਵੇ ਰੱਬਾ ਸਾਨੂੰ ਮਾਫ਼ੀ ਦੀ ਉਡੀਕ ਸੀ ਵੀ ਚੱਲਦਾ ਸੀ ਕੇਸ ਨਾਲੇ ਆਖਰੀ ਤਰੀਕ ਸੀ ਬਾਦ ਸੁੱਕ ਕੇ ਫੋੜੇ ਨਾ ਮਾਲੀ ਸੱਜਣਾ ਨੂੰ ਕੈਦ ਬੋਲ ਗਈ ਜੀਪਾਂ ਆ ਗਈਆਂ ਕਚਹਿਰੀਆਂ ਖਾਲੀ ਜੀਪਾਂ ਆ ਗਈਆਂ ਕਚਹਿਰੀਆਂ ਖਾਲੀ ਅੱਧਾ ਬੇਲਾ ਕਹਿੰਦੇ ਬਾਂਧ ਫਿਰਦਾ ਹੈ ਤਦ ਸ਼ਾਮ ਨੂੰ ਕਹਿੰਦੇ ਕੈਥੋ ਦੇ ਲਾਗੇ ਕਰਕੇ ਗੁਰਸਿੱਖ ਦੀ ਵਿੱਚ ਹਾਜ਼ਰੀ ਲਵਾਵਾਂਗੇ ਤੇ ਕੱਲ ਨੂੰ ਜਲਾਲ ਦੀ ਵਾਲ ਪਿੰਡ ਦੇ ਵਿੱਚ ਕਹਿੰਦੇ ਮਾਰ ਕਹਿੰਦੇ ਟੱਲੇ ਦੀਆਂ ਗੱਲਾਂ ਹੁੰਦੀਆਂ ਨੇ ਮੇਰੇ ਵੀਰੇ ਕੱਲ ਨੂੰ ਜਲਾਲ ਦੀ ਵਾਲ ਦੀ ਧਰਤੀ ਪਹਿਲੇ ਵੀ ਦੋ ਦੋ ਧਰਮਗੜ ਹੈ ਤੇ ਤੈਨੂੰ ਲੈ ਨਕੂ ਤੇਰਾ ਗਵਾਂਢੀ ਪਿੰਡ ਉਹਦਾ ਸਰਵਾਲੀ ਪਿੰਡ ਹੈ ਤੇ ਗੱਲਾਂ ਕਹਿੰਦੇ ਮੇਰੇ ਵੀਰੇ ਚਾਰ ਨੂੰ ਕੌੜੀਆਂ ਦੇ ਵਿੱਚ ਰੌਣਕ ਲੱਗ ਰਹੀ ਹੈ ਛੇ ਨੂੰ ਮਾਨ ਖੇੜਾ ਸੱਤ ਤੇ ਅੱਠ ਝਰੇਰ ਦੇ ਟੂਰਨਾਮੈਂਟ ਰਹੀ ਹੈ ਬਾਕੀ ਐਨ ਵੱਡੇ ਮੇਲੇ ਕਦੇ ਪੰਜਾਬ ਦੇ ਕਦੇ ਵਾਲੀਬਾਲ ਦੇ ਕਦੇ ਕ੍ਰਿਕਟ ਦੇ ਉਹ ਜਿਹੜੇ ਖੇਡੇ ਜਾਣੇ ਆ ਧਲੇਰਾਂ ਵਾਲੇ ਆ ਹੋਣਗੀਆਂ ਗੱਲਾਂ ਮੇਰੇ ਮਿੱਤਰ ਗੱਲਾਂ ਹੋ ਰਹੀਆਂ ਨੇ ਫਰਵਾਲੀ ਦੇ ਮੇਲੇ ਤੇ ਲੈਂਦੀ ਅੰਗਰੇਜ਼ ਦਲਜੀਤ ਦੀ ਖੇਡ ਵੀ ਦੇਖਣ ਨੂੰ ਮਿਲੂਗੀ ਫਰਵਾਲੀ ਦੇ ਟੂਰਨਾਮੈਂਟ ਦੇ ਕਿਉਂਕਿ ਵਾਲੀਬਾਲ ਦਾ ਉੱਚ ਕੋਟੀ ਦਾ ਖਿਡਾਰੀ ਆ ਦਲਜੀਤ ਹਾਂ ਇਹ ਹੀਰੇ ਆ ਤਰਾਸੇ ਹੋਏ ਕਹਿੰਦੇ ਕਠਾਣੇ ਵਾਲੇ ਕਦੇ ਕਦੇ ਨਿਕਲਦੇ ਆ ਤੇਰਾ ਹੋਣਗੀਆਂ ਤੇਰਾ ਜੀ ਤੇਰਾ ਨੇ ਬਾਕੀ ਗੱਲਾਂ ਲੱਗਣਗੀਆਂ ਟਿਕਾਣੇ ਸ਼ੇਖਪੁਰੀ ਦਾ ਕਾਕਾ ਮੇਰੇ ਮਿੱਤਰ ਕਾਕਾ ਲੈ ਵੀ ਦਲੀਰ ਉੱਥੇ ਮੈਨੂੰ ਲੱਗਦਾ ਵੀ ਰੈਸਲ ਵਾਲੇ ਜੱਸੇ ਨੇ ਵੀ ਆਉਣਾ ਤੋਪ ਕਹਿੰਦੇ ਵਾਲੀਬਾਲ ਦੀ ਜਦੋਂ ਗੋਲੇ ਦਾਗਦਾ ਤੇ ਫਿਰ ਲੈ ਵੀ ਅੰਗਰੇਜ਼ ਗੱਲਾਂ ਕੁਝ ਹੋਰ ਹੁੰਦੀਆਂ ਨੇ ਆਓ ਸਾਹਮਣੇ ਮੁਕਾਬਲਾ ਚੋਟੀ ਦਾ ਸ਼ੇਖਪੁਰੀ ਆ ਗਿਆ ਬਾਕੀ ਐਨ ਸ਼ੇਖਪੁਰੀ ਦਾ ਕਾਕਾ ਮੇਰੇ ਮਿੱਤਰ ਨੌਜਵਾਨ ਜਿਹੜਾ ਤਿਆਰ ਪਰ ਤਿਆਰ ਆ ਵੀ ਪਿਆਰ ਨਾ ਮੈਨੂੰ ਕਾਕਾ ਜੀ ਕਹਿੰਦਾ ਇਹ ਸਾਰਾ ਇਲਾਕਾ ਜੀ ਵੀ ਪਿਆਰ ਨਾ ਮੈਨੂੰ ਕਾਕਾ ਜੀ ਕਹਿੰਦਾ ਇਹ ਸਾਰਾ ਲਾਗਾਰੀ ਫਗਵਾੜੇ ਵਾਲਾ ਵਾਲਾ ਭਾਰੇ ਹੈ ਦਬਾਬੇ ਵਾਲਾ ਖੇਡ ਮੈਦਾਨ ਦੇ ਵਿੱਚ ਵੀ ਅੰਬੀਆਂ ਨੂੰ ਤਰਸੇਗੀ ਛੱਡ ਕੇ ਸੈਰ ਦਬਾਬਾ ਪਰ ਆ ਮੁੰਡਾ
ਇਸੇ ਪਿੰਡ ਦਾ ਵੀ ਮਾਲਵੇ ਦਾ ਚੱਟਰ ਜਟਬੈਣ ਜੱਟੀਏ, ਵੀ ਮਾਲਵੇ ਦਾ ਚੱਟਰ ਜਟਬੈਣ ਜੱਟੀਏ। ਆਹ ਮੁੰਡਾ ਸਾਹਮਣੇ ਵੇਖ ਬੱਲੇ ਬੱਲੇ ਕਰਾਈ ਤਰੇ ਆਉਂਦਾ ਹੈ, ਇਸੇ ਪਿੰਡ ਦਾ ਚੋਪਰ ਹੈ। ਆਹ ਸਾਹਮਣੇ ਕਹਿੰਦੇ ਪਿਆਰ ਵਰ ਤਿਆਰ ਹੈ ਬੱਲੇ ਬੱਲੇ ਹੋਣੀ ਸਿੱਧੂ ਹੋਣੀ ਭੁੱਲਰ ਹੋਣੀ ਭਰਾ ਨੇ ਸਾਡੇ ਕਿਹੜੇ ਵੀ ਸਤੰਬਰ ਮਹੀਨੇ ਦੇ ਵਿੱਚ ਵਾਲੀਬਾਲ ਦਾ ਵੀ ਲਈ ਉਹਨੂੰ ਵੱਡਾ ਮੇਲਾ ਕਰਾ ਰਹੇਗੇ। ਰੌਣਕਾਂ ਵੱਡੀਆਂ ਹੋਣਗੀਆਂ ਚਰਨੇ ਵੱਡੇ ਮੇਰੇ ਵੀਰ, ਕਿਉਂਕਿ ਅੱਜ ਕੱਲ੍ਹ ਕਹਿੰਦੇ ਜਿੱਦਾਂ ਕ੍ਰਿਕਟ ਦੀ ਖੇਡ ਚੱਲਦੀ ਹੈ ਤੇ ਉੱਥੇ ਹੀ ਪਿੰਡਾਂ ਦੇ ਵਿੱਚ ਵਾਲੀਬਾਲ ਸ਼ੂਟਿੰਗ ਨੂੰ ਵੀ ਕਹਿੰਦੇ ਬੜਾ ਪਿਆਰ ਮਿਲਿਆ ਮੇਰੇ ਵੀਰ। ਬੜੇ ਹੋਰ ਟਰੈਕਟਰ ਉੱਧਰ ਵੀ ਰੱਖੇ ਜਾਣ ਲੱਗ ਗਏ, ਅੱਜ ਕੱਲ੍ਹ ਮੋਟਰਸਾਈਕਲ ਆਮ ਹੋ ਗਏ। ਆਓ ਬਾਸ ਅਬਾਸ ਦੇਖਦੇ ਆ ਮੁੰਡਾ ਵੀ ਹੱਲ ਗਿਆ ਤੇ ਗੱਲਾਂ ਫਿਰ ਹੋਰ ਹੋਣਗੀਆਂ, ਦੇਖ ਤੇਰਾ ਬੱਲਾ ਵੀ ਚੱਲ ਗਿਆ ਹੋ ਗੱਲਾਂ ਫਿਰ ਕੁਝ ਹੋਰ ਹੋਣਗੀਆਂ, ਬਾਕੀ ਬਾਕੀ ਗੱਲਾਂ ਕੁਝ ਹੋਰ ਹੋਣਗੀਆਂ। ਮਾਮਦਪੁਰ ਦਾ ਮੇਲਾ ਬਾਈ ਕਹਿੰਦਾ ਵੀ ਮੇਲਾ ਪਿੰਡ ਦਾ ਹੈ ਨਾ ਵੀ ਜੇ ਮਾਮਦਪੁਰ ਦੀ ਟੀਮ ਦੇ ਪਣੀਆ ਮੈਕੂ ਬਈਆਂ ਰਹੀਆਂ ਭਰਾ ਸਾਡਾ ਤੇ ਨਾਲ ਅਰਸ਼ਕ ਐਡਾ ਉਹ ਕਹਿੰਦੇ 1100 ਦੇ ਰਹਿਗੇ, 1100 ਦੇ ਵੱਡੇ ਮਾਣ ਕਰ ਰਹੇ ਵੱਡੇ ਮਾਣ। ਆਹ ਜਿਹੜੇ ਹੋਣੇ ਆ ਮੇਰੇ ਮਿੱਤਰ ਸੋਨੂੰ ਪੁਰਤਗਾਲ ਵੱਲੋਂ ਕਿਹੜੇ 3 ਛੱਕੇ ਵਾਸਤੇ 500 ਦੇ ਹੋਣਗੇ, 2100 ਦੇ 2100 ਕਰ ਦੋ ਭਰਾ ਸਾਡਾ ਕਹਿੰਦਾ ਪੁਰਤਗਾਲੀਆ ਸੋਨੂੰ ਹੈ ਪਰ 100 ਡੇਰ ਬਈ ਆ 100 ਡੇਰ ਮਾਨ ਥਾ ਹੋਈ ਪਈ ਅੱਜ ਦੇ ਵੀਰਿਆ ਪਰਪਾਲ ਸਿਰੇ ਦੀਆ ਸ਼ਿਵਪੁਰੀ ਵਾਲਾ ਕਹਿੰਦੇ ਇਹਦੇ ਕੋਲੇ ਕਹਿੰਦੇ ਜਵਾਕ ਉਹਦੇ ਸਿੱਖਣ ਦੇ ਲਈ ਵੀ ਅਸੀਂ ਤੇ ਤੋਂ ਬਾਲਾਂ ਸਿੱਖਣੀਆਂ ਤੇ ਤੋਂ ਬੈਟਿੰਗ ਸਿੱਖਣੀਆਂ, ਇਹ ਕਹਿੰਦੇ ਮਾਸਟਰ ਹੈ ਟੀਚਰ ਹੈ ਬਾਲ ਪਾ ਗਿਆ ਤੇ ਸਿਰੇ ਦੀ ਓਵਰ ਸਮਾਪਤ ਕਿੰਨੀ ਬਣ ਗਏ ਜੀ 32 ਚਾਰ ਚ 35 ਦੇਣਾ ਜੀ ਕਿੰਨੇ ਬਣ ਗਏ 32 75 ਬਣ ਗਿਆ ਜੀ 32 ਬਣ ਗਿਆ 75 ਹੋ ਗਿਆ ਕਰਦੇ ਹਾਂ 32 ਬਣ ਗਿਆ ਤੇ ਹੁਣ ਕਹਿ ਸਕਦੇ ਵੀ ਗੱਲਾਂ ਰਹੀ ਆ ਤੇ 14 ਕੁ ਛੱਕਿਆ ਦੀਆਂ 14 ਛੱਕੇ ਦੇ ਵਜੇ ਫੇਰ ਗੱਲ ਕਿਤੇ ਬਣੀ ਹੈ ਮੇਰੇ ਮਿੱਤਰੋ, ਰਹਿੰਦੇ 5 ਓਵਰ ਹੈ ਆਹ ਗੱਲਾਂ ਲਾਉਣੀਆਂ ਪੈਣੀਆਂ ਟਿਕਾਣੇ ਵੀ 30 ਬਾਲਾ 14 ਛੱਕਿਆ ਧਨੇਰਾ ਲਿਆ, ਮੈਂ ਤੇ 18 ਬਾਲਾ 14 ਛੱਕੇ ਲੱਗਦੇ ਦੇਖੇ ਆ, ਮੈਂ ਤੇ 18 ਬਾਲਾ ਵੀ 14 ਵਜੇ ਵੇਖੇ ਆ, ਇਹਦੇ ਦਲਜੀਤ ਨੂੰ ਪਤਾ ਇਹ ਕਿਰਕਰ ਦੀ ਖੇਡ ਆ। ਆਹ ਗੱਲਾਂ ਕਹਿੰਦੇ ਹੁੰਦੀਆਂ ਨੇ ਕਦੇ ਧਨੇਰ ਦੇ ਮੇਲੇ ਤੇ 18 ਬਾਲਾ 14 ਛੱਕੇ ਵਜੇ ਮੇਰੇ ਵੀਰ, ਤੇ ਕਦੇ ਕਹਿੰਦੇ ਗੱਲਾਂ ਹੋਈਆਂ ਨੇ ਕਠਾਲੇ ਦੇ ਮੇਲੇ ਦੇ ਵੀ ਥਾਰ ਥਾੜ ਹੁੰਦੀ ਆ, ਆਹ ਚਰਦੇ ਕਹਿੰਦੇ ਵੱਡੇ ਆ ਪਰ ਹੋਲੀ ਦੇ ਹੁਣ ਵੀ ਥਾਰ ਥਾੜੀ ਆ, ਤੇ ਆ ਓਵਰ ਚ 3 ਛੱਕੇ ਬਚ ਗਏ ਨਾ ਦੇਖਦੇ ਆ ਓਵਰ ਚ ਫਿਰ ਮੈਚ ਦੇ ਵਿੱਚ ਮੁੰਡੇ ਬਣੇ ਰਹਿਣਗੇ, ਇਹ ਗੱਲ ਪੱਕੇ ਦੇ ਸੱਦੀ ਮੁੜ ਗਿਆ ਫਿਰ ਗੱਲ ਕੁਝ ਹੋਰ ਸਾਹਮਣੇ ਆ ਰਹੀ ਹੈ। ਕਹਿੰਦੇ ਹੈਪੀ 31,000 ਦੀ ਕਮਿੰਗਟ ਆਊਟ ਕਰਨ ਵਾਲਾ ਖਿਡਾਰੀ ਹੈ, ਇਹ ਕਹਿੰਦੇ ਹੈਪੀ ਹੈ। ਆਓ ਬਾਲ ਪੈ ਗਈ ਤੇ ਰਣ ਮੇਰੇ ਮਿੱਤਰੋ
ਇੱਕ ਦੇ ਵਾਧੇ ਤੇ ਆਵਾਸ ਆ ਗਿਆ, ਅੱਗੇ ਆਵਾਸ ਕਿਹਦੇ ਸਾਹਮਣੇ ਆ ਗਿਆ, ਖੇਡ ਮੈਦਾਨ ਦੇ ਵਿੱਚ ਹੈ, ਆਓ ਮੁੰਡਾ ਸਾਹਮਣੇ ਮਹਿਮਦ ਵਰਦੀ ਕਿਹਦੇ ਧਰਤੀ ਹੈ, ਜਿਹੜਾ ਫਿਰ ਤੋਂ ਕਿਹਦੇ ਤਿਆਰ ਵਰ ਤਿਆਰ ਹੈ, ਵੱਡਾ ਨਾਮ ਨਾ ਜਾਂਦਾ ਜਿਹੜਾ ਕਿਹਦੇ ਸਾਹਮਣੇ ਆ ਗਿਆ, ਇੱਕ ਵੱਡੀ ਕਿਹਦੇ ਚੜਾਈ ਹੈ ਇਹਨਾਂ ਮੁੰਡਿਆਂ ਦੀ, ਤੇ ਮੁੰਡਾ ਸਾਹਮਣੇ ਕਹਿੰਦੇ ਤਿਆਰ ਹੈ ਵੀ ਬਾਬਿਆਂ ਨੇ ਬਾਲਾਂ ਨਾਲ ਜੋੜੀਆਂ ਸੀ, ਪੋਤਿਆਂ ਨੇ ਪੈਲੀਆਂ ਪਕਾਤੀਆਂ, ਕੁਝ ਕੁ ਲੋਕਾਂ ਨੇ ਤੇ ਝਾਜਾਂ ਨੇ ਝੂਟਿਆਂ ਲਈ ਭਾਈਆਂ ਨਾਲ ਭੈਣਾਂ ਸੀ ਵਿਆਹਦੀਆਂ, ਵੀ ਟਲ ਦੇ ਨਾਲ ਲੋਕ ਟਾਲੇ ਉਹ ਵੀ ਤਾਂ ਕਨੇਡਾ ਭਾਲੇ, ਜਿਹੜਾ ਜ਼ਿੰਦਗੀ ਦੇ ਵਿੱਚ ਕਦੇ ਸੰਗਰੂਰ ਨਹੀਂ ਗਿਆ, ਸਾਈਕਲਾਂ ਸਕੂਟਰਾਂ ਦੇ ਲੱਗੇ ਨੇ ਸਟੈਂਡ ਵੀ ਰਹੇ, ਪਰ ਬੰਦਿਆਂ ਦਾ ਕੋਈ ਵੀ ਸਟੈਂਡ ਨਹੀਂ ਰਿਹਾ, ਸਾਈਕਲਾਂ ਸਕੂਟਰਾਂ ਦੇ ਲੱਗੇ ਨੇ ਸਟੈਂਡ ਵੀ ਰਹੇ, ਪਰ ਬੰਦਿਆਂ ਦਾ ਕੋਈ ਵੀ ਸਟੈਂਡ ਨਹੀਂ ਰਿਹਾ, ਸਾਡੇ ਵਾਲੀਆਂ ਕਹਿੰਦੇ ਹੈਪੀ ਟੋਪ ਦੀਆਂ ਟੋਪ ਦੀਆਂ ਵਾਲਾਂ ਪਾਈ ਤੋਰਿਆ ਮੇਰੇ ਮਿੱਤਰ, ਇਹ ਹੈਪੀ ਹੈ ਕਹਿੰਦੇ ਸਾਹਮਣਿਆਂ ਦੀ ਧਰਤੀ ਦਾ ਵੱਡਾ ਨਾਮ, ਤੇ ਬਾਲ ਪਾਉਣ ਦੇ ਲਈ ਗੱਭਰੂ ਜਿਹੜਾ ਫਿਰ ਤੋਂ ਕਹਿੰਦੇ ਅੱਗੇ ਵੱਲ ਵੱਧਦਾ, ਨਵੀਂ ਪੁਰਤਗਾਲ ਵਾਲਾ ਸੋਨੂੰ ਸਾਡੇ ਵੀਰ ਕਹਿੰਦੇ ਦੇ ਵਾਸ ਮੈਚ ਦਾ ਵੇ ਤੇ ਕਵਿੰਦਾ ਸੌ ਦੇ ਦੇਣਗੇ, ਪੁਰਤਗਾਲੀ ਹੈ ਯੂਰਪ ਦੇ ਕਹਿੰਦੇ ਉਹ ਦੇਸ਼ ਨੇ ਮੇਰੇ ਮਿੱਤਰੋ, ਪਰ ਸਾਹਮਣੇ ਬੈਲ ਪੈਗੀ ਤੇ ਸਾਹਮਣੇ ਟੋਪ ਦੀਆਂ ਬਾਲਾਂ, ਆਹ ਵੇਖ ਪਿੱਛ ਤਾਣੀ ਆਉਂਦਾ ਵਾਸ, ਆਹ ਵੇਖ ਨਾ ਜਾਣਾ ਪਿੱਛ ਤਾਣੀ ਆਉਂਦਾ ਮੁੰਡਾ, ਤੇ ਸਾਹਮਣੇ ਵੇਖੀਏ ਬਾਲ ਪੌਂਦਲੀ ਮੁੰਡਾ ਹੈਪੀ ਕਹਿੰਦੇ ਫਿਰ ਤੋਂ ਸਾਹਮਣੇ ਆਉਂਦੀ ਕਹਿੰਦੇ ਧਰਤੀ ਦਾ ਤਿਆਰ ਵਰ ਤਿਆਰਾ ਬਾਲਾ ਪੌਂਦਲੀ, ਤੇ ਸਾਹਮਣੇ ਮੁੰਡਾ ਇਸੇ ਪਿੰਡ ਦਾ, ਆਹ ਮੁੰਡਾ ਇਸੇ ਪਿੰਡ ਦਾ ਜੰਪਲ ਕਹਿੰਦੇ ਸਾਹਮਣੇ ਤਿਆਰ ਵਰ ਤਿਆਰ ਹੈ ਵੀ ਬਿਸਕੁਟ ਖਾਂਦੇ ਖਾਂਦੇ ਬੁਰਜ ਕਲੀਫਾ ਖਰੀਦ ਲੈਂਦੇ, ਕਿਹੜੇ ਸਕੇਲ ਦੇ ਛੱਕਿਆ ਜਾਂਦੇ ਝੂਠ ਮਾਰਦੇ ਨੇ ਵੀ ਸਿੱਧੀ ਕਦੇ ਸਕੈਨਾ ਵਿੱਚ ਗਦਾਰੀ ਨੀ ਆਉਂਦੀ ਵੀ ਬੰਦਾ ਕਿੱਥੋਂ ਬਚ ਜੂ, ਲੋਕੀ ਰੱਬ ਚਾਰਦੇ ਨੇ ਵੀ ਬੰਦਾ ਕਿੱਥੋਂ ਬਚ ਜੂ, ਲੋਕੀ ਰੱਬ ਚਾਰਦੇ ਨੇ, ਯਾਰੀ ਬੇਨਤੀ ਮੈਂ ਟਾਸ ਦੀ ਹੋਣ ਤੱਕ ਰਸੂਲਪੁਰ ਦੇ ਬਿਠਾਲਾ ਟਾਸ ਕਰ ਲੋ ਰਿਹਾ ਕੇ ਲੈ ਵੀ ਜਿਹੜੇ ਟਾਸ ਦੇ ਹੋਈ ਮੈਂ ਕਹਿੰਦਾ ਟਾਸ ਕਰੋ ਮੇਰਾ ਵੀ ਰੱਖ ਦੋਵੇਂ ਤਿੰਨ ਰਾਊਂਡ ਹੋ ਗਏ ਸਾਰੇ ਪਿੰਡੂ ਜਿਹੜੇ ਸਾਰੇ ਇਲਾਕੇ ਨੂੰ ਆਸ਼ਾ ਫਾਈਨਲ ਦੀ, ਕਦੋਂ ਫਾਈਨਲ ਖੇਡਿਆ ਜਾਊਗਾ ਮੇਰੇ ਵੀਰੋ ਦੋ ਨੇਗੇ ਇੱਕ ਫਾਈਨਲ ਦੀ ਕਿਤੇ ਗੱਲਾਂ ਜਿਹੜੀਆਂ ਹੋਣੀਆਂ ਪਰ ਦੋ ਰਨ ਦੇ ਕਿਤੇ ਵਾਧੇ ਜਿਹੜੇ ਹੋ ਗਏ ਆ, ਮੈਂ ਕਠਾਲੇ ਦੀ ਟੀਮ ਦਾ ਖਿਡਾਰੀ ਆ ਤੇ ਮੇਰੇ ਟਾਸਕ ਕਰਨੇ ਕਠਾਲਾ ਵੈਰੀ ਕਠਾਲੇ ਵਾਲੇ ਮੁੰਡੇ ਕਿਉਂਦੀ ਆ ਰਹੇ ਵੀਰੇ ਯਾਰ, ਕਠਾਲੇ ਦੀ ਟੀਮ ਉਹ ਜਿਹੜੀ ਆ ਜਾਏਗੀ ਟੈਸਟ ਕਰਨ ਲਈ, ਮੇਰੀ ਬੇਨਤੀ ਹੈ ਪੁੱਜੇ ਹੋਏ ਹੈਪੀ ਕਦੇ ਤਿਆਰ ਦੋ ਆ ਇੱਕ ਰਨ ਅਜੀ ਕਰਨ ਹੈ, ਲੈ ਟਾਸ ਕਰਾਓ ਬੱਗੀ ਰਿਆ ਤੇ ਬੱਗੀ ਖਰੀਦਦਾਰੀਆਂ ਲੈ ਕੇ ਆਇਆ ਹੋਇਆ, ਲੈ ਵੀ ਟਾਸ ਕਰਵਾ ਦੋ ਜੀ ਟੂਰਨਾਮੈਂਟ ਹੋਇਆ ਤੇ ਦਾਸ ਦੇ ਬੁੱਲਾਂ ਦੇ ਵਿੱਚੋਂ ਬੋਲ ਨਿਕਲੇ ਵੀ ਕ੍ਰਿਕਟ ਦਾ ਡੂਮਣਾ ਮੇਰੇ ਵੀਰੋ, ਜਦੋਂ ਉਹ ਟੂਰਨਾਮੈਂਟ ਦੇ ਸਨੀ ਖੇਡੇ ਕੁਠਾਲੇ ਵਾਲਾ ਤੁਹਾਡੇ ਗੁਆਂਢੀ ਪਿੰਡ ਦਾ ਖਿਡਾਰੀ ਆ ਬਾਈ ਜੀ, ਅੱਜ ਖੇਡਿਆ ਲੋਟਬੱਤੀ ਵਾਲਾ ਪੂਲ ਵਾਲੇ ਦੇਣਾ ਤੇ ਲੋਕਾਂ ਨੂੰ ਟੀਮਾਂ ਨੂੰ ਹੁੰਦਾ ਵੀ ਆਪਾਂ ਲਾਰ ਦਿਨ ਖੇਡਣਾ ਤੇ ਖਿਡਾਰੀ ਕੋਈ ਟੌਪ ਦਾ ਖਿਡਾਈਏ, ਤੇ ਬਾਈ ਜੀ ਆਸਰੇ ਹਲਕੀ ਦੀ ਮਤਲਬ ਸੱਟ ਲੱਗ ਗਈ ਸੀ ਉਹ ਟੂਰਨਾਮੈਂਟ ਦੇ, ਤੇ ਫਾਦਰ ਸਾਹਿਬ ਮੇਰੇ ਖਿਆਲ ਨਾਲ ਬਾਰ ਸੀ ਆਸਰੇ, ਤੇ ਵੀਰਾਂ ਨੇ ਲਾਰ ਦਿਨ ਕੋਈ ਖਿਡਾਰੀ ਨੀ ਖਿਡਾਇਆ ਲਾ ਵੀ ਹਰਬਰ ਕੁਠਾਲੇ ਵਾਲੇ ਮੁੰਡਿਆਂ ਨੇ,
ਤੇ ਟੀਮ ਕਠਾਲੇ ਨੇ ਨਰੋਲ ਖੇਡੀ ਹੈ ਤੇ ਜਦੋਂ ਸਰੀ ਖੇਡਿਆ ਗੋਲਡ ਬ੍ਰੇਕ ਰੁਪਏ ਪਹਿਲਾਂ ਨਾਮ ਦਿੱਤਾ ਕਿਵੇਂ ਦੀ ਜਦੋਂ ਚੁੱਤੇ ਤੇ 11,000 ਰੁਪਏ ਸਨੀ ਸੀਰੀਜ਼ ਬਣਿਆ 37-37 ਰੋਲ ਖੇਡ ਕੇ ਟੀਮ ਜਿੱਤੀ ਗੁਰਾਲ ਦੀ ਕਈ ਤਾੜੀਆਂ ਸਰੀ ਵੀ ਮਾਰਦੇ ਮੇਰੇ ਵੀਰੇ ਜੋੜਦੇ ਨੇ ਕਿਵੇਂ ਕਲਜਣਾ ਚੂਬਣਾ ਗੱਲਾਂ ਹੁੰਦੀਆਂ ਨੇ ਵੀਰੇ ਕਿੰਨੇ ਬਣ ਗਏ ਜਦੋਂ ਪੁੱਛੀ ਨਾ ਜਾਂ 37 ਚਾਰ ਓਵਰ ਪਾਇਆ 14 ਸਿੱਕੇ 4 ਓਵਰਾਂ ਚ ਲੱਗਦੇ ਆ ਗੱਲਾਂ ਕਦੇ ਟਿਕਾਣੇ ਨੇ ਤੇ ਤੋੜ ਹੋ ਗਏ ਕਿੰਨੇ ਹੋ ਗਏ ਬਈ 36 ਹੋ ਗਏ ਫਿਰ 36 ਮੇਰਾ ਵੀਰ ਹੈਪੀ ਕਿੰਨੇ ਆਏ ਨੇ 36 ਹੋ ਗਏ ਨਾ ਫਿਰ 36 ਬਣ ਗਏ ਜੀ ਛੱਤੀ ਬਣ ਗਿਆ ਤੇ ਗੱਲਾਂ ਕਦੇ ਹੋਣਗੀਆਂ ਮੇਰੇ ਮਿੱਤਰ ਗੁੱਸਰੇ ਦਾ ਪਰਪਾਇ ਮੁੰਡੇ ਨੇ ਟੋਪਰੀ ਕਦੇ ਬਾਲਾ ਉਹ ਜਿਹੜੀਆਂ ਪਈਆਂ ਪਰ ਲੁਧਿਆਣੇ ਵਾਲਾ ਕਦੇ ਧੁਨਾ ਕਰਤਾ ਵੀ ਕਰਤਾ ਪਾਉਣ ਦੇ ਲਈ ਕਦੇ ਤਿਆਰ ਵਰਤਿਆ ਸੋਖਣੀ ਜਾਪਦੀ ਸੋਹਣੇ ਵੀਰ ਗੱਲਾਂ ਤੇ ਹੁਣ ਕੁਝ ਹੋਰ ਹੋਣ ਗਿਆ ਆਹ ਉਸ ਸਾਹਮਣੇ ਕਦੇ ਲੁਧਿਆਣੇ ਦਾ ਧੁਨਾ ਬਾਲ ਪਾਉਣ ਦੇ ਲਈ ਤਿਆਰ ਵਰਤਿਆ ਹੈ ਮੇਰੇ ਵੀਰ ਮਹਿੰਦੀ ਸੀ ਬਾਲ ਤੇ ਸੱਤੀ ਹੈ ਆਹ ਕਹਿੰਦੇ ਰਸ਼ੇਦ ਉੱਡ ਗਿਆ ਹਲੇ ਪਤਾ ਕੋਈ ਨੀ ਪਿਆਰੀ ਹੋ ਗਏ ਤੇ ਗੱਲਾਂ ਕਹਿੰਦੇ ਹੋਰ ਗਿਆ ਲੈ ਵੀ ਕਈ ਵਾਲਾਂ ਪਈਆਂ ਗੱਲ ਤੇ ਮਾਨ ਸਿਖਰੀ 13 ਛੱਕੇ ਪੂਰੇ ਰਹਿ ਗਏ ਹਾਂ ਕੁਝ ਨੀ ਪਤਾ ਬਣ ਸਕਦੇ ਸੱਤੀ ਤਗੜਾ ਹੋ ਜਾ ਤੇਰੇ ਜਿਹੜੇ ਕਹਿੰਦੇ ਵੀ ਫਰੀਦਪੁਰੀਆਂ ਛੱਕੇ ਮਾਰ ਸਕਦੇ ਇੱਕ ਵਾਰੀ ਤਾੜੀ ਮਾਰੋ ਮਾਨਪੁਰੀਓ ਤਾੜੀਆਂ ਬਦਲੀਆਂ ਚਾਹੀਦੀਆਂ ਸੱਤੀ ਦਾ ਪਤਾ ਕੁਝ ਨੀ ਪਰ ਬਾਲ ਹਵਾ ਦੇ ਵਿੱਚ ਗੋਪੀ ਕਹਿੰਦੇ ਆ ਚੜ੍ਹਦੇ ਵੱਡੇ ਆ ਆਹ ਸਾਹਮਣੇ ਕਹਿੰਦੇ ਕੈਚ ਬਾਕੀ ਕੈਚ ਕਦੇ ਛੱਡ ਦਿੰਦਾ ਧੁੰਦੇ ਦੀਆਂ ਬਾਲਾਂ ਜਿਹੜੀਆਂ ਪੈਂਦੀਆਂ ਨੇ ਆਹ ਗੱਲਾਂ ਕਦੇ ਟਿਕਾਣੇ ਆ ਇਹ ਚੜਦੇ ਕਹਿੰਦੇ ਹੁੰਦੇ ਆ ਉਹ ਬਾਲਾਂ ਪਾਉਂਦਾ ਮੇਰੇ ਮਿੱਤਰ ਜੀ ਵੀ ਅੱਜ ਕੱਲ੍ਹ ਇੰਸਟਾਗ੍ਰਾਮ ਤੇ ਆਡੀਓ ਬਾਲੀ ਚੱਲਦੀ ਹੈ ਉਹ ਚੜਦੇ ਹੁੰਦੇ ਵੀ ਲੈਗ ਸਾਈਡ ਤੇ ਬਾਲਾ ਨਾ ਪਾਓ ਟੱਪਾ ਨਾ ਪਾਓ ਛੱਕੇ ਸੱਤੀ ਨੇ 1100 ਦੇ ਹੋਣਗੇ ਮੇਰੇ ਵੀਰੋ ਹਾਂਜੀ ਬਾਕੀ ਐਨ ਗੱਲਾਂ ਟਿਕਾਣੇ ਸਾਹਮਣੇ ਬਾਲ ਪੈ ਗਈ ਹੈ ਉਹ ਬਾਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਉਹ ਵਾਇਰ ਦੇ ਕਹਿੰਦੇ ਇਸ਼ਾਰੇ ਹੈ ਇਹ ਧੁੰਨਾ ਮੇਰੇ ਮਿੱਤਰੋ ਲੁਧਿਆਣੇ ਦੀ ਧਰਤੀ ਦਾ ਜਿਹੜਾ ਨਯਨ ਕਹਿੰਦੇ ਬਾਲਾ ਪਾ ਰਿਹਾ ਪਰ ਸਾਹਮਣੇ ਕਹਿੰਦੇ ਫਰੀਦ ਪਰਵਾਹ ਉਹ ਸੱਤੀ ਮੇਰੇ ਮਿੱਤਰ ਤਿਆਰ ਵਰਤਿਆ ਹੈ ਵੱਡਾ ਨਾਮ ਨਯਨ ਦਾ ਜਿਹੜਾ ਕਹਿੰਦੇ ਸਾਹਮਣੇ ਹੈ ਇਧਰ ਪੈਗੀ ਬਾਲ ਉਹ ਬੱਲੇ 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 ਵੀ ਕੋਠੇ ਤੇ ਡੱਬੀਆਂ ਨੇ ਮਾਰ ਕੇ ਚਪੇੜਾ ਪੁੱਛਦਾ ਵੀ ਤੇਰੇ ਕਿੱਥੇ ਕਿੱਥੇ ਲੱਗੀਆਂ ਨੇ ਮਾਰ ਕੇ ਚਪੇੜਾ ਪੁੱਛਦਾ ਵੀ ਤੇਰੇ ਕਿੱਥੇ ਕਿੱਥੇ ਲੱਗੀਆਂ ਨੇ ਤਿੰਨ ਛੱਕੇ 3100 ਦੇ ਹਰਮਨ ਸਿੱਧੂ ਕੈਨੇਡਾ ਆਸ਼ ਕੈਨੇਡਾ ਤੇ ਹਰਮਨ ਸਾਡਾ ਵੀਰ ਮੱਲੀ ਕੈਨੇਡਾ ਮੈਕੂ ਬਈਆਲ ਯਾਨੀ 3100 ਦੇ ਤਿੰਨ ਛੱਕੇ 3100 ਦੇ ਕਹਿੰਦੇ ਤਿੰਨ ਛੱਕੇ ਸੱਤੀ ਦੇ ਹੋਰ ਗਏ ਵੀਰ ਲਵੀ ਫਿਰ ਵੀ ਪਹਿਲਾਂ ਵੱਜ ਗਏ ਨੇ ਲਾ ਦੱਸੋ ਵੀਰ
ਬਾਕੀ ਸਾਹਮਣੇ ਐਨ ਕਹਿੰਦੇ ਪਹਿਲਾਂ ਵਧੀਆ ਦੇ ਤਿੰਨ ਛੱਕੇ 3100 ਪਰ ਸਾਹਮਣੇ ਕਹਿੰਦੇ ਬਾਲ ਜਿਹੜੀ ਪੈਂਦੀ ਆ ਧੋਨੇ ਦੀ ਫੋਰਚੂਨਰ ਦੀਆਂ ਬਾਲਾਂ ਜਿਹੜੀਆਂ ਪੈਂਦੀਆਂ ਨੇ ਤੇ ਸਾਹਮਣੇ ਸੱਤੀ ਦਾ ਖੇਡਿਆ ਯਾਰਡ ਮੇਰੇ ਮਿੱਤਰ ਖੇਡ ਮੈਦਾਨ ਦੇ ਵਿੱਚ ਔਰ ਰਨ ਕਹਿੰਦੇ ਚਾਰ ਦੇ ਵਾਧੇ ਕਹਿੰਦੇ ਕਰ ਦਿੱਤੇ ਸੱਤੀ ਮੈਚ ਦਾ ਬਲਦੇਵ ਜੋਸੇ ਤੇ ਨਾਲ ਜਰਨੈਲ ਜੋਸੇ ਰੁਪਈਆ ਕਹਿੰਦੇ 2100 ਦੇ ਰਿਹਾ ਕਹਿੰਦੇ ਵੀਰੋ ਇਹ ਸੱਤੀ ਮੈਚ ਦਾਵੇ ਤੇ ਰੁਪਈਆ 2100 ਮੇਰੇ ਵੀਰੋ ਲੈ ਵੀ ਗੁਰਪ੍ਰੀਤ ਕਰਨੇ ਗੱਲ ਜਾਓ ਸਾਹਮਣੇ ਕਦੇ ਐਂਡ ਚਰਦੇ ਕਦੇ ਹੋਣਗੇ ਵੀ ਸੱਤੀ ਆ ਮਾਣ ਕਰਦੇ ਆ ਮਾਮ ਦੇ ਨਾਲ ਹੀ 3000 ਪਾਰੇ ਹਰਮਨ ਮੱਲੀ ਕੈਨੇਡਾ ਹਰਮਨ ਸਿੱਧੂ ਕੈਨੇਡਾ ਅਰਸ਼ ਕੈਨੇਡਾ ਮੈਕੂ ਪਈਆਂ ਤੇ ਮੇਰੇ ਨੇ ਪਾਇਆ ਰੁਪਈਆ 5100 ਦੇਣਾ ਬਾਕੀ 5100 ਕਰ ਦਿੱਤੇ ਮੇਰੇ ਮਿੱਤਰ ਪਰ ਲੁਧਿਆਣੇ ਵਾਲੇ ਧੋਨੇ ਦੀਆਂ ਵਾਲਾਂ ਪਰ ਸੱਤੀਆ ਤਗੜਾ ਹੋ ਜਾ ਤਗੜਾ ਹੋ ਜਾ ਛੱਕੇ ਤੇਰੇ ਵੇਖਣੇ ਆ ਪਿੰਡਾਂ ਦੇ ਮੰਗ ਕਰਦੇ ਆ ਐਨਆਰਆਈ ਮੰਗ ਕਰਦੇ ਆ ਵੀ ਛੱਕੇ ਸੱਤੀ ਦੇ ਵੇਖਣੇ ਆ ਆਓ ਸਾਹਮਣੇ ਬੱਲੇ 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 ਹੋਡੀ ਹੋਡੀ ਉਧਰੋ ਜਗਦੇਵ ਚਹਿਲ ਕਨੇਡਾ ਉਹਨਾਂ ਦੇ ਫਾਰਮ ਸਾਹਿਬ ਪਹੁੰਚਦੇ ਸਟੇਜ ਤੇ ਆ ਜਾਣਗੇ ਜੀ ਜਗਦੇਵ ਚਹਿਲ ਕਨੇਡਾ ਸਾਰੀ ਬਾਤ ਚਰਚੇ ਵੱਡੇ ਆ ਆਓ ਗੱਲਾਂ ਕਹਿੰਦੇ ਹੁੰਦੀਆਂ ਨੇ ਲੈ ਵੀ ਜੇ ਕਿਤੇ ਬੈਠਕ ਤੇ ਵਿੱਕੀ ਚਲਾ ਜਾਵੇ ਚਰਚੇ ਵੱਡੇ ਹੋਣਗੇ ਆਵੀ ਅਗਲਾ ਬੱਲੇਬਾਜ਼ ਸਾਹਮਣੇ ਦੇਖੀ ਬਾਲ ਕਦੇ ਧੋਨੇ ਦੀ ਤੇ ਸਾਹਮਣੇ ਕਦੇ ਮਹਿਮਦ ਬਰੀਆ ਖੇਡ ਮੈਦਾਨ ਦੇ ਵਿੱਚ ਆਹੋ ਬਾਲ ਕਦੇ ਟੋਪ ਦੀ ਕੋਈ ਗੱਲ ਨੀ ਕੋਈ ਨੀ ਹੈਪੀ ਹੋਇਆ ਕੁਝ ਨੀ ਹੋ ਵੀ ਬਹੁਤ ਕੁਝ ਗਿਆ ਹੋਇਆ ਵੀ ਕੁਝ ਨੀ ਤਵੀ ਕੋਈ ਗੱਲ ਨੀ ਵੀਡੀਓ ਕੱਟ ਲਈ ਤਾਂ ਮੈਨੇ ਯੂਟਿਊਬ ਤੇ ਆਈ ਜਾਂਦਾ ਲੈ ਵੀ ਹੈਪੀ ਜੇ ਕਿਤੇ ਇੱਕ ਓਵਰ ਗੋਲਡੀ ਦਾ ਪਾ ਦੋ ਤੇ ਗੱਲ ਟਿਕਾਣੇ ਲੱਗ ਜਾਓ ਸੋਹਣੇ ਵੀਰ ਲੈ ਵੀ ਗੋਲਡੀ ਧੁੰਨੇ ਕਿਦਣ ਆ ਗਿਆ ਗੋਲਡੀ ਪਾ ਦੇ ਯਾਰ ਗੋਲਡੀ ਕਿੱਥੇ ਗੋਲਡੀ ਨਹੀਂ ਉਰੇ ਨਹੀਂ ਉਹ ਵਰ ਗਿਆ ਉਹਦਾ ਓਵਰ ਦਾ ਪੰਜਵਾਂ ਗੋਲਡੀ ਸੱਤਵਾਂ ਪਾਏਗਾ ਮੈਨੂੰ ਲੱਗਦਾ ਦਰਜੇ ਵੱਡੇ ਹੋਣਗੇ ਅਗਲਾ ਮੈਚ ਬਹੁਤ ਤਗੜਾ ਮੈਚ ਆਈ ਕਠਾਲਾ ਤੇ ਰਸੂਲਪੁਰ ਕਿ ਬਈ ਇਹ ਵੀ ਮੁੰਡਾ ਬਹੁਤ ਨੇਮਰ ਦਾਲਾ ਗੋਲਡੀ ਚਰਜੇ ਵੱਡੇ ਆ ਜਿਹਦੇ ਨਾਲ ਖੜਦਾ ਪਹਿਲੇ ਵੀ ਧੁੰਦੇ ਉਹਨੂੰ ਪਤਾ ਵੀ ਗੋਲਡੀ ਕਿਹੜੀ ਸ਼ਾਇਦ ਆ ਰਾਤ ਹੈ ਬਾਕੀ ਐਨ ਗੱਲਾਂ ਪੱਕੀਆਂ ਨੇ ਵੀ ਅਸੀਂ ਜੀ ਪਹਿੰਡ ਪਹਿੰਡ ਰਹਿ ਗਏ ਹੋਣਗੇ ਤਿੰਨ ਓਵਰ ਪਹਿੰਡ ਰਹਿ ਗਏ ਲੱਗੇ ਖੜੇ ਆ ਸਾਡੀ ਅਜੇ ਗੋਲਡੀ ਬਜਿਆ ਹੈ ਭਰਾਏ ਸਾਡਾ ਜ਼ਿੰਦਗੀ ਦਾ ਕਦੇ ਮਾਣ ਹੈ ਬਹੁਤ ਵੱਡਾ ਕਦੇ ਧਾਰਵਤ ਵੀਰ ਸਾਡੇ ਦਾ ਆਹ ਭਰਾ ਕਦੇ ਪਜਿਆ ਸਹਿਨੇਲ ਪਿੰਡ ਦਾ ਗੋਲਡੀ ਪਰ ਉਹ ਵੇਖ ਜਿਹੜਾ ਮੁੰਡਾ ਹੁਣ ਬਾਲਾ ਪਾਉਣ ਦੇ ਲਈ ਆਇਆ ਹੈ ਆਹ ਮੁੰਡੇ ਨੇ ਜ਼ਿਲ੍ਹੇ ਮੋਗੇ ਦੇ ਵਿੱਚ ਪੱਤੋ ਹੀਰਾ ਪਿੰਡ ਹੈ ਜਿੱਥੋਂ ਮੋਟਰਸਾਈਕਲ ਦਿੱਤੇ ਆ ਮੇਰੇ ਮਿੱਤਰ ਯੋਗੋ ਕਮਲ ਫੀਲਡਿੰਗ ਤੇ ਲਾ ਕੇ ਸੁਣ ਵੀਰ ਬਾਲ ਵੀ ਪੈ ਗਈ ਦੂਜੇ ਧਿਆਨ ਚਰਜੇ ਵੱਡੇ ਆ ਸਾਡੀ ਗੁਰਪ੍ਰੀਤ ਲਾਓ ਸਾਹਮਣੇ ਦੇਖੀਏ ਰਨ ਚਾਰ ਦੇ ਕਦੇ ਵਾਧੇ ਤੇ ਪਾਸ਼ੂ ਦੀਆਂ ਕਹਿੰਦੇ ਬਾਲਾਂ
ਉਹ ਜਿਹੜੀਆਂ ਪੈਂਦੀਆਂ ਨੇ ਖੇਡ ਮੈਦਾਨ ਦੇ ਵਿੱਚ। ਆਹ ਮੁੰਡਾ ਮੋਟਰਸਾਈਕਲ ਦਾ ਜੇਤੂ ਖੇਡ ਮੈਦਾਨ ਦੇ ਵਿੱਚ ਬੈਲ ਪਾਉਣ ਦੇ ਲਈ ਫਿਰ ਤੋਂ ਅੱਗੇ ਦੇਖ ਕੇ ਵੱਲ ਹੈ। ਉਹ ਜਿਹੜਾ ਵਾਧਾ ਕਿਤੇ ਨਜ਼ਰ ਆ ਰਿਹਾ ਹੈ, ਪਰ ਸਟ੍ਰਾਈਕ ਦੇ ਉੱਤੇ ਵੇਖੀਏ ਆਹ ਮੁੰਡਾ ਇਸੇ ਪਿੰਡ ਦਾ ਆਵਾਸ ਉਹ ਸਾਹਮਣੇ ਤਿਆਰ ਵਰ ਤਿਆਰ ਹੈ। ਛਿੱਕੇ ਨੌ ਜਿਹੜੇ ਬਾਕੀ ਹੈ, ਨੌ ਦਸ ਛਿੱਕੇ ਜਿਹੜੇ ਬਾਕੀ, ਬਾਲ ਪੈ ਗਈ ਤੇ ਸਾਹਮਣੇ ਦਰਜੇ ਵੱਡੇ ਆ ਇੱਕ ਦਿਨਾਂ ਦੀ ਵਾਰੀ ਵਾਰ ਵੈਦੀ ਕੰਬਲਰ ਦੇ ਤਲਵੰਡੀ ਵਾਲੇ ਵਾਜਾ ਮਾਰਦੇ ਸੁਣ ਵੀਰ ਚਰਜੇ ਵੱਡੇ ਆ ਵੀ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆ ਜੋ ਸੋਚਣਾ ਸੋਚੋ ਰਾਸਤੇ ਹੀ ਪਿਆਰ ਨਾਲ ਬਾਕੀ ਐਨ ਗੱਲਾਂ ਸਿਰੇ ਹੈ। ਆਓ ਸਾਹਮਣੇ ਵੈਸ਼ੂ ਦੀ ਵਾਲ ਸ਼ਹਿਰ ਦੇ ਕਿਸੇ ਰਣ ਦੇ ਕਿਤੇ ਵਾਧੇ ਨਹੀਂ, ਹੁਣ ਤੇ ਗੱਲਾਂ ਹੋਰ ਹੁੰਦੀਆਂ ਨੇ ਧਲੇਰਾਂ ਵਾਲੀਆਂ, ਹੁਣ ਤੇ ਗੱਲਾਂ ਹੋਰ ਹੁੰਦੀਆਂ ਵਧੀਆ ਦੇ ਛੱਕੇ ਇੱਥੋਂ ਵੀ ਵਜੇ ਬੈਸ ਫੇਰ ਵੀ ਗੱਲ ਬਣ ਜਾਣੀ ਹੈ ਨਵੀਂ ਇੱਥੋਂ ਵੀ ਛੱਕੇ ਵਜੇ ਗੱਲ ਫੇਰ ਵੀ ਬਣ ਜਾਣੀ ਹੈ ਇੱਧਰ ਪੈਗੀ ਵਾਲ ਆਓ ਬੱਲੇ ਉਧਰੋਂ ਸ਼ਰਨ ਵਰਸ਼ਾ ਨੰਬਰ ਜੇ ਮੈਚ ਦੌੜਗੇ ਪਿੰਡ ਦੇ ਮੁੰਡੇ ਦੇ ਆਪਾਂ ਦੀ 1100 ਦੇ ਦਿਆਂਗੇ ਤੇ ਨਾਲ ਹੀ ਮੇਰੇ ਵੀਰੇ 3000 ਹਰਮਨ ਬਲੀ ਦੇ ਯਾਰਾਂ ਦੇ ਵੱਲੋਂ ਤੇ ਗੱਲਾਂ ਕਹਿੰਦੇ ਟਿਕਾਣੇ ਨੇ ਉਧਰੋਂ ਸਾਹਿਬ ਆਇਆ ਉਹਨਾਂ ਨੂੰ ਬੇਨਤੀ ਕਰਦਾ ਸਟੇਜ ਤੇ ਆ ਰਹਿਣਗੇ ਜੀ ਬਹੁਤ ਸਤਿਕਾਰ ਦੇ ਦੇ ਸਾਡੇ ਬੜੀਆਂ ਮਾਂ ਜੋ ਸ਼ੀਸ਼ੀਤਾਂ ਬਹੁਤ ਵੱਡਾ ਕਦੇ ਧੰਨਵਾਦ ਕਰਦੇ ਜਿੰਨੀਆਂ ਵੀ ਮਾਨ ਜੋ ਸ਼ੀਸ਼ੀਏ ਤਾਂ ਸਾਡੇ ਦਰਮਿਆਨ ਕਦੇ ਪੋਦੀਆਂ ਜਾਂਦੀਆਂ ਨੇ ਪਰ ਸਾਹਮਣੇ ਬੈਸ਼ੂ ਦੀਆਂ ਕਦੇ ਬਾਲਾਂ ਜਿਹੜੀਆਂ ਪੈਂਦੀਆਂ ਨੇ ਮੇਰੇ ਮਿੱਤਰ ਆਹ ਮੁੰਡਾ ਕਦੇ ਸਾਹਣਿਆਂ ਦੀ ਧਰਤੀ ਦਾ ਕਦੇ ਬਾਲ ਪਾਉਣ ਦੇ ਲਈ ਜਿਹੜਾ ਤਿਆਰ ਵਰ ਤਿਆਰ ਹੈ ਹਾਂ ਉਹ ਤਿਆਰ ਵਰ ਤਿਆਰ ਹੈ ਲੈ ਵੀ ਗੱਲਾਂ ਹੋਣ ਗਈਆਂ ਕਾਕੇ ਪਰਸੋਂ ਦੀ ਭਾਗੀ ਚਾੜੀ ਹੋਈ ਆ ਵਾਰਨਰ ਦੇ ਸਿਰ ਕਠਾਲੇ ਵਾਲਿਆਂ ਨੇ ਤੇ ਉਹ ਕਹਿੰਦੇ ਸੁੱਕਾ ਅੱਜ ਵੀ ਨੀ ਜਾਣ ਦਿੰਦੇ ਵਾਰਨਰ ਤਗੜਾ ਹੋ ਜਾ ਕਠਾਲੇ ਵਾਲੇ ਪੱਟਾਂ ਦੇ ਛਾਤੀਆਂ ਮਾਰਦੇ ਫਿੱਟੋ ਬੈਠਿਆ ਕਹਿੰਦੇ ਗਵਾਂਢੀ ਪਿੰਡ ਆ ਤੇ ਗੱਲਾਂ ਟਕਾਣੇ ਲਾ ਦਾਂਗੇ ਧੁੰਨਾ ਹੱਸਦਾ ਧੁੰਨੇ ਨੂੰ ਪਤਾ ਵੀ ਪਰਸੇ ਨੇ ਕਿਆ ਗੱਲ ਕੀਤੀ ਵਾਰਨਰ ਦੇ ਨਾਲ ਚਰਨੇ ਵੱਡੇ ਆ ਇਹਦੇ ਜਦੋਂ ਕਰਦੇ ਧੁੰਨੇ ਦੂਰੀ ਕਰਦੇ ਮੁੰਡੇ ਕਠਾਲੇ ਵਾਲੇ ਕਹਿੰਦੇ ਵੱਡੀਆਂ ਵੱਡੀਆਂ ਟੀਮਾਂ ਹਰਾਉਣ ਦਾ ਦਮ ਖੰਭ ਰੱਖ ਰਿਹਾ ਪਰ ਅੱਜ ਪੇਚਾ ਕਹਿੰਦੇ ਉਹ ਟੀਮ ਦੇ ਨਾਲ ਆ ਜਿਹੜੀ ਟੀਮ ਦੇ ਲਈ ਕਰਨਾ ਬਾਲਾ ਬਹੁਤ ਤਗੜਾ ਖੇਡਿਆ ਤੇ ਅੱਜ ਕੱਲ ਤੇ ਕਹਿੰਦੇ ਮੇਰੇ ਵੀਰੋ ਅਮਿਤਾ ਬਜਰੋਂ ਨੂੰ ਵੀ ਟੀਮ ਲਈ ਖੇਡਦਾ ਗੱਲਾਂ ਕਹਿੰਦੇ ਹੁੰਦੀਆਂ ਨੇ ਕਰਨਾ ਬਾਲੇ ਦੀਆਂ ਮੇਰੇ ਵੀਰੋ ਹਾਕੀ ਬਾਕੀ 27-28 ਲੱਖ ਦੀਆਂ ਗੱਲਾਂ ਹੁੰਦੀਆਂ ਨੇ 55 ਇੱਕ ਸੀਜ਼ਨ ਦੀਆਂ ਆਹ ਗੱਲਾਂ ਕਹਿੰਦੇ ਹੁੰਦੀਆਂ ਮੇਰੇ ਮਿੱਤਰ ਪਰ ਸਾਹਮਣੇ ਕਹਿੰਦੇ ਬਾਲ ਪਾਉਣ ਲਈ ਰਮਨ ਆ ਗਿਆ ਮੁੰਡਾ ਪਰ ਲੋਕੀ ਮੰਗ ਕਰਦੇ ਵੀ ਗੋਲਡੀ ਦਾ ਓਵਰ ਵੇਖਣਾ ਹੈ ਗੋਲਡੀ ਆ ਲੋਕੀ ਮੰਗ ਕਰਦੇ ਆ ਨਵੇਂ ਆਹ ਚਰਚੇ ਹੋਣਗੇ ਪਰ ਬਾਲ ਕਿਤੇ ਦਮਨ ਦੀ ਜਿਹੜੀ ਖੇਡ ਮੈਦਾਨ ਦੇ ਵਿੱਚ ਉਹ ਪੈਂਦੀ ਹੈ ਤੇ ਮੁੰਡਾ ਸਾਹਮਣੇ ਕਹਿੰਦੇ ਜਿਹੜਾ ਤਿਆਰ ਵਰ ਤਿਆਰਾ ਵਾਸ ਕਿਤੇ ਸਾਹਮਣੇ ਹੈ ਦਮਨ ਮੁੰਡਾ ਬਾਲਾਂ ਪਾਉਂਦਾ ਮੇਰੇ ਮਿੱਤਰੋ ਸਾਹਣਿਆਂ ਦੀ ਕਿਤੇ ਧਰਤੀ ਦਾ ਵੱਡੀ ਟੀਮ ਬਣ ਰਹੀ ਹੈ ਸਾਹਣਿਆਂ ਪਿੰਡ ਦੀ ਤੇ ਮੁੰਡੇ ਖੇਡ ਮੈਦਾਨ ਦੇ ਵਿੱਚ ਟੱਪ ਦੀ ਬੈਲ ਵੱਡੀ ਉਮੀਦ ਉਹ ਜਿਹੜੀ ਮੁੜ ਗਈ ਹੈ 30-30 ਵਰੇ ਰਸੂਲਪੁਰ ਦਾ ਕੀ ਆ ਬਾਲੇ ਛੱਡ ਕੇ ਰਾਤ ਨੂੰ ਭਾਵੇਂ ਕਹਿ ਦੀ ਮੈਡਮ
ਲਓ ਸਾਹਮਣੇ ਕਿਤੇ ਚੌਣ ਵੀ ਹੈ ਬਾਲਾ ਜਿਹੜੀਆਂ ਪੈਂਦੀਆਂ ਨੇ ਜਿਹੜੀ ਉੱਡ ਕੇ ਵਾਪਸ ਕਹਿ ਸਕਦੇ ਵੀ ਹੁੰਦੇ ਚਲਦੇ ਮੈਚ ਦਾ ਕਦੇ ਇੱਕ ਪਾਸਾ ਜਾ ਜਿਹੜਾ ਹੋ ਗਿਆ ਇੱਕ ਪਾਸਾ ਜਾ ਕਦੇ ਮੈਚ ਦਾ ਜਿਹੜਾ ਹੋ ਗਿਆ ਮੇਰੇ ਮਿੱਤਰ ਅਗਲੇ ਮੈਚ ਜੁੜਿਓ ਬਾਈ ਸਾਰੇ ਭਰਾ ਬਹੁਤ ਤਗੜਾ ਮੈਚ ਅਗਲਾ ਪਿੰਡ ਹੈ ਜਿਲ੍ਹੇ ਲੁਧਿਆਣੇ ਦਾ ਆਹ ਮੁੰਡਿਆਂ ਦਾ ਜਿਹੜੇ ਕਦੇ ਪਾਲਾ ਭਾ ਰਹੇ ਹੈ ਤੇ ਅੱਗੇ ਬਲ ਨੂੰ ਕਦੇ ਗੱਭਰੂ ਜਿਹੜਾ ਵਾਧਾ ਕਦੇ ਨਜ਼ਰ ਆ ਰਹੇ ਹੈ ਪਿੰਡੀਆਂ ਹੋਈਆਂ ਬਾਲਾ ਤੇ ਸਾਹਮਣੇ ਤੱਕੀਏ ਆਹ ਚੋਟੀ ਨੀ ਕਦੇ ਬਾਲ ਸਪੀਡ ਦੇ ਨਾਲ ਕਦੇ ਬਾਲਾ ਮੁੰਡਾ ਕਰੀ ਤੁਰੇ ਆਉਂਦਾ ਮੇਰੇ ਮਿੱਤਰੋ ਹੈਲੋ ਲਾਦੀ ਗੱਲਾਂ ਹੋਰ ਗਿਆ ਰੌਣਕ ਵੱਡੀਆਂ ਲਾ ਰਿਹਾ ਗੇ ਬੱਲੀ ਉਹਦੀ ਭਰਾ ਸਾਡੇ ਸਿੱਧੂ ਦੇ ਨਾਲ ਭੁੱਲਰ ਉੜੀ ਬੈਠੇ ਆ ਆਹ ਵਿੱਕੀ ਪਹਿਲੀ ਵਾਰ ਵੇਖਿਆ ਨੀ ਆਇਆ ਨੀ ਸ਼ਰਦੇ ਹੁੰਦੇ ਕ੍ਰਿਕਟ ਚ ਕਰਦੇ ਵੱਡੇ ਆ ਭਾਈ ਪੰਡਿਤ ਹੈ ਸ਼ਰਮਾ ਜੀ ਇਹ ਵੀ ਸ਼ਰਮਾ ਜੀ ਨੇ ਪਰ ਸ਼ਰਮੇ ਤਾਂ ਖੁਦ ਵੀ ਕਰ ਸਕਦੇ ਆ ਕਲਿੱਪਾਂ ਜਦੋਂ ਕੱਟ ਕੇ ਪੈਂਦੀਆਂ ਫਿਰ ਰੀਲਾਂ ਨਵੀਂ ਤੁਹਾਨੂੰ ਸਹੀ ਆ ਨਾ ਚੜ੍ਹਦੇ ਵੱਡੇ ਹੋੜ ਗਏ ਸੁਮੇ ਉਹਦੇ ਐਨ ਅੱਜ ਕੱਲ੍ਹ ਲੱਗ ਰਿਹਾ ਦੇਖ ਤਾਂ ਵੀ ਕਿਸ ਤਾਂ ਰੀਲ ਕੱਟ ਕੇ ਦੂਜੇ ਛੱਕਾ ਵੱਜ ਗਿਆ ਇਹ ਤੋਂ ਲਿਖਾਇਓ ਮੇਰਾ ਰੱਬਾ ਬਸ ਚੜਦੇ ਪਰ ਜਿਹਨੂੰ ਕਹਿਣਾ ਨਾ ਤੁਹਾਡੇ ਨੂੰ ਇਹਦੀ ਰੀਲ ਅੱਜ ਕੱਲ੍ਹ ਵਾਲੀ ਚੱਲਦੀ ਹੈ ਇਹਦਾ ਹੁਣ ਵੀ ਟੱਪਾ ਟੱਪਾ ਨਾ ਪਾਓ ਸਾਹਮਣੇ ਪਾ ਕੇ ਖਾਲੋ ਮੁੰਡੇ ਦੀ ਅੱਜ ਕੱਲ ਚੜਚੇ ਕਹਿੰਦੇ ਹੁੰਦੇ ਆ ਗਿਆ ਦਮਨ ਇਹਦਾ ਨੀ ਕੁਝ ਪਤਾ ਦਮਨੇ ਹੌਲੀ ਸਿੱਟੀ ਸੁਣ ਵੀਰ ਹਾਂ ਦਮਨੇ ਰਿਵਰਸ ਖੜ ਦੇ ਨਾ ਗੱਲ ਟਿਕਾਣੇ ਲੱਗ ਜੂਗੀ ਪੰਡਿਤ ਜੀ ਪੰਡਿਤ ਜੀ ਮੌਕੇ ਤੇ ਰਿਵਰਸ ਹੋ ਜਾਓ ਕੋਈ ਗੱਲ ਨੀ ਖੜ ਜਾਓ ਪਰ ਮੌਕੇ ਤੇ ਰਿਵਰਸ ਹੋ ਜਾਓ ਹੈਪੀ ਮੇਰੇ ਸਾਹਮਣੇ ਸਾਹਮਣੇ ਤੀਜਾ ਟੂਰਨਾਮੈਂਟ ਹੋ ਗਿਆ ਸੋਹਣੇ ਵੀਰ ਲਵੀ ਖਿਡਾਰੀ ਨੇ ਤੁਹਾਨੂੰ ਮੇਰੀ ਅੱਖਾਂ ਦੇ ਸਾਹਮਣੇ ਤੀਜੇ ਟੂਰਨਾਮੈਂਟ ਦੇ ਲਕਸ਼ ਨੇ ਕੋਈ ਕੈਦ ਨੀ ਕੀਤਾ ਗੋਲਡੀ ਨੇ ਕਲਾਸਾਂ ਲਾਉਣੀਆਂ ਪੈਣਗੀਆਂ ਤੇਰੇ ਕੋਲੇ ਤੇ ਫੇਰ ਗੱਲ ਬਣ ਸਕਦੀ ਹੈ ਚੜ੍ਹਦੇ ਵੱਡੇ ਆ ਚੜ੍ਹਦੇ ਵੱਡੇ ਹੋਣਗੇ
ਰਵੀ ਕਾਕੇ ਪਾੜੀ ਤੇ ਰੱਬ ਦਾ ਦੀਏ ਨੂੰ ਨਾ ਗੁਰ ਕੇ ਜੁੜੇ ਹੋਏ ਆ ਸਾਰੇ ਤੇਰਾ ਵੀ ਰੱਡੀ ਪਾਲਾ ਕੋਈ ਗੱਲ ਨਹੀਂ ਜੁੜੇ ਰਹੋ ਵੀਰੇ ਕਿ ਪਾਰੇ ਹਜੇ ਪਤਾ ਨਹੀਂ ਵਿੱਕੀ ਆ ਜੇ ਵਾਹ ਹੋਈ ਗਰੀ ਵਾਹ ਮਾਰੋ ਤਾੜੀ ਗਰੀ ਜਿਵੇਂ ਦੋ ਲਾ ਲੈਂਦੇ ਇੱਧਰ ਆ ਜਾ ਚੱਲ ਹੌਲੀ ਜਾ ਰਹੀ ਉਖੜਾ ਦੇ ਮੱਖਣ ਨੂੰ ਵੀ ਇਹਦਾ ਅਗਲੇ ਸਾਲ ਮਾਰੀ ਜਾਂਦੀ ਨਹੀਂ ਕੀ ਕਰੇ